हेलो फ्रेंड्स गिरज मैंटोर ई लर्निंग प्लेटफॉर्म से स्वागत है ट्वेंटी फिफ्थ सपटेंबर है तो आप रेडी हैं अपने कैंटफेयर सैशन के नटफेयर सैशन जो कि इंपोर्टेंट होएगा डिफरेंट डिफरेंट एग्जाम्स पंजाब पटवारी पी पी एस सी एस एस सी सी जी एल सी एच एस एल और बैंकिंग एग्जाम से आप स्टार्ट करा अस्ट का सैशन सब तो पहले सैशन शेयर करना स्टार्ट कर दो जिथे भी तुम शेयर कर सकते हो जिथे भी तुम अपने फ्रेंड्स के नाल जुड़े हुए हो वट्सएप टेलीग्राम फेसबुक सैशन शेयर कर दो ਆਪਾਂ ਫਸਟ ਸਟਾਰਟ ਕਰਦੇ ਹਾਂ ਸੈਸ਼ਨ ਸਭ ਤੋਂ ਪਹਿਲੇ ਆਈਬੀਪੀਐਸ ਆਰਆਰਬੀ ਜੇਈ ਪੰਜਾਬ ਪੰਜਾਬ ਪੁਲਿਸ ਐਸਆਈ ਔਰ ਪਟਵਾਰੀ ਦੇ ਲਈ ਬੈਚੀ ਸ਼ੁਰੂ ਕੀਤੇ ਜਾ ਚੁੱਕੇ ਨੇ ਅਗਰ ਤੁਸੀਂ ਇਸ ਦੇ ਵਿੱਚ ਐਨਰੋਲ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ ਹੋਰ ਵੀ ਕਿਸੇ ਤਰੀਕੇ ਦੇ ਕ੍ਰੈਸ਼ ਕੋਰਸ ਜਾਂ ਮੌਕ ਟੈਸਟ ਸੀਰੀਜ਼ ਨੂੰ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਸਟਾਰਟ ਕਰਦੇ ਹਾਂ ਸੈਸ਼ਨ ਸਭ ਤੋਂ ਪਹਿਲੇ 23 ਸਪਟੰਬਰ 23 ਸਪਟੰਬਰ ਨੂੰ ਇੰਟਰਨੈਸ਼ਨਲ ਡੇ ਆਫ ਸਾਈਨ ਲੈਂਗੁਏਜ ਅਬਜ਼ਰਵ ਕੀਤਾ ਗਿਆ ਇੰਟਰਨੈਸ਼ਨਲ ਡੇ ਆਫ ਸਾਈਨ ਲੈਂਗੁਏਜ 23 ਸਪਟੰਬਰ ਨੂੰ ਅਬਜ਼ਰਵ ਕੀਤਾ ਗਿਆ ਨੈਕਸਟ ਹੈ ਇੰਟਰਨੈਸ਼ਨਲ ਰੈਡ ਪਾਂਡਾ ਡੇ ਇੰਟਰਨੈਸ਼ਨਲ ਰੈਡ ਪਾਂਡਾ ਡੇ ਵੀ ਅਬਜ਼ਰਵ ਕੀਤਾ ਗਿਆ 19 ਸਪਟੰਬਰ ਨੂੰ ਇਹ ਹਰ ਸਾਲ ਤੀਸਰੇ ਸੈਟਰਡੇ ਨੂੰ ਅਬਜ਼ਰਵ ਕੀਤਾ ਜਾਂਦਾ ਹੈ ਸਪਟੰਬਰ ਮਹੀਨੇ ਦੇ ਸੈਪਟੈਂਬਰ ਮੰਥ ਦੇ 3 ਤੀਸਰੇ ਸੈਟਰਡੇ ਨੂੰ ਇੰਟਰਨੈਸ਼ਨਲ ਰੈੱਡ ਪਾਂਡਾ ਡੇ ਅਬਜ਼ਰਵ ਕੀਤਾ ਜਾਂਦਾ ਹੈ ਇਸ ਸਾਲ ਇਹ 19 ਸੈਪਟੈਂਬਰ ਨੂੰ ਅਬਜ਼ਰਵ ਕੀਤਾ ਗਿਆ ਵਰਲਡ ਰਾਇਨੋ ਡੇ ਵਰਲਡ ਰਾਇਨੋ ਡੇ 22 ਸੈਪਟੈਂਬਰ ਨੂੰ ਅਬਜ਼ਰਵ ਕੀਤਾ ਗਿਆ ਇੰਡੀਆ ਦੇ ਵਿੱਚ ਅਗਰ ਗੱਲ ਕਰੀਏ ਅਸਮ, ਵੈਸਟ ਬੰਗਾਲ ਔਰ ਉੱਤਰ ਪ੍ਰਦੇਸ਼ ਇਹ ਤਿੰਨ ਸਟੇਟਸ ਨੇ ਜਿੱਥੇ ਰਾਇਨੋ ਪਾਏ ਜਾਂਦੇ ਨੇ ਬੇਸਿਕਲੀ ਅਸਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਸਭ ਤੋਂ ਜ਼ਿਆਦਾ ਰਾਇਨੋ ਪਾਏ ਜਾਂਦੇ ਨੇ ਨੈਕਸਟ आयुष्मान भारत की आयुष्मान भारत स्कीम नु पमिसचंद नरेंद्र मोदी द्वारा लॉन्च किया गया आयुष्मान भारत स्कीम पमिसचंद नरेंद्र मोदी द्वारा लॉन्च कीती गई थी रांची के विच 2018 दे विच इसने 2 साल पूरे कित्ते ने सितंबर 23 2020 नु सितंबर 23 2020 नु इस द्वारा 2 साल पूरे कित्ते गए नेक्स्ट है इटालियन ओपन ਹਾਲਾਂਕਿ ਅਗਰ ਆਪਾਂ ਗੱਲ ਕਰਦੇ ਹਾਂ ਗ੍ਰੈਂਡ ਸਲੈਮ ਦੀ ਤਾਂ ਗ੍ਰੈਂਡ ਸਲੈਮ ਜ਼ਿਆਦਾ ਇੰਪੋਰਟੈਂਟ ਮੰਨੇ ਨੇ ਟੈਨਿਸ ਦੇ ਵਿੱਚ ਇਟਾਲੀਅਨ ਓਪਨ ਇਸ ਕਰਕੇ ਅਸੀਂ ਵਾਰ ਡਿਸਕਸ ਕਰ ਰਹੇ ਹਾਂ ਕਿਉਂਕਿ ਬਾਕੀ ਦੋ ਗ੍ਰੈਂਡ ਸਲੈਮ ਇਸ ਵਾਰ ਨਹੀਂ ਹੋਏ ਨੇ ਤਾਂ ਸ਼ਾਇਦ ਮੇਬੀ ਹੋ ਸਕਦਾ ਹੈ ਕੁਸ਼ਨ ਪੁੱਛਿਆ ਜਾ ਸਕੇ ਤਾਂ men ਸਿੰਗਲ ਟਾਈਟਲ ਗ੍ਰੈਂਡ ਸਲੈਮ ਇਟਾਲੀਅਨ ਸੌਰੀ men ਸਿੰਗਲ ਟਾਈਟਲ ਇਟਾਲੀਅਨ ਓਪਨ ਦਾ ਕਿਸ ਨੇ ਜਿੱਤਿਆ ਨੋਵਾਕ ਦਜੋਕੋਵਿਕ ਨੇ ਜੋ ਕਿ ਸਰਬੀਆ ਤੋਂ ਬਿਲੋਂਗ ਕਰਦੇ सिमिलरली वुमेन सिंगल टाइटल इटालियन ओपन का किसने जीत्या सिमोना हैल्प ने सिमोना हैल्प जो कि रोमानिया तो बिलोंग करते हैं है एयरबस एयरबस अ यूरोपियन एविएशन कंपनी एयरबस जो कि एक यूरोपियन एविएशन कंपनी है इस द्वारा लॉन्च किया गया वर्ल्ड का फर्स्ट कमर्शियल हाइड्रोजन एयरक्राफ्ट वर्ल्ड का पहला कमर्शियल हाइड्रोजन एयरक्राफ्ट एयरबस कंपनी द्वारा लॉन्च किया जाएगा टू थाउजेंड थर्टी फाइव के टू थाउजेंड थर्टी फाइव के अच्छा एयरबस का हैडक्ुआटर कितने है नीदरलैंड एयरबस का हैडक्ुआर नीदरलैंड है नैक्सट है चीफ इलैक्शन कमिश्नर चीफ इलैक्शन कमिश्नर सुनील अरोड़ा सुनील अरोड़ा हैज़ एड्रस्ड फ्रॉम इंडिया इन द इंटरनेशनल वेबिनार ऑन इशूज चैलेंज प्रोटोकॉल्स for conducting elections during covid 19 sharing country experiences basically ਜਿਹੜੇ ਇੰਡੀਆ ਦੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਸੁਨੀਲ ਅਰੋੜਾ ਸੁਨੀਲ ਅਰੋੜਾ ਇਹਨਾਂ ਦੁਆਰਾ ਇੱਕ ਵੈਬਿਨਾਰ ਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ ਵੈਬਿਨਾਰ ਜਿਹੜਾ ਹੈਲਡ ਕੀਤਾ ਗਿਆ ਸੀ ਇਲੈਕਸ਼ਨਸ ਕਿਸ ਤਰੀਕੇ ਨਾਲ ਕੰਡਕਟ ਕੀਤੇ ਜਾਂ ਠੀਕ ਹੈ ਜੀ ਨੈਕਸਟ ਰੋਮਿਲਾ ਥਾਪਰ ਰੋਮਿਲਾ ਥਾਪਰ ਹੈਜ਼ ਰਿਟਨ ਅ ਬੁੱਕ ਵੌਇਸਿਸ ਆਫ ਡੀਸੈਂਟ ਵੌਇਸਿਸ ਆਫ ਟੀਸੈਂਟ ਨਾਮ ਦੀ ਬੁੱਕ ਦੇ ਰਾਈਟਰ ਕੌਣ ਨੇ ਰੋਮਿਲਾ ਥਾਪਰ ਨੈਕਸਟ ਹੈ ਅੰਗ੍ਰੀਤਾ ਸ਼ੇਰਪਾ ਅੰਗ੍ਰੀਤਾ ਸ਼ੇਰਪਾ ਜਿਨ੍ਹਾਂ ਨੇ ਮਾਉਂਟ ਐਵਰੇਸਟ ਨੂੰ 10 ਵਾਰ ਕਲਾਈਮ ਕੀਤਾ ਸੀਗਾ ਵਿਦਆਊਟ ਯੂਜ਼ਿੰਗ ਆਕਸੀਜਨ ਬੋਟਲਸ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਹੈ ਅੰਗ੍ਰੀਤਾ ਸ਼ੇਰਪਾ ਰੀਸੈਂਟਲੀ ਪਾਸ ਹੋ ਗਈ ਇਹ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਸੀ ਨੇਪਾਲ ਤੋਂ ਬਿਲੋਂਗ ਕਰਦੇ ਸੀ ਔਰ ਇਹਨਾਂ ਨੂੰ 스ਨੋ ਲਾਇਓਪਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਜੀ ਤਿੰਨ ਚੀਜ਼ਾਂ ਅੰਗ੍ਰੀਤਾ ਸ਼ੇਰਪਾ 10 ਵਾਰ ਮਾਉਂਟ ਐਵਰੇਸਟ ਕਲਾਈਮ ਕਰ ਚੁੱਕੇ ਨੇ ਰਿਕਾਰਡ ਹੈ ਪਲੱਸ ਨੇਪਾਲ ਤੋਂ ਬਿਲੋਂਗ ਕਰਦੇ ਸੀ ਔਰ ਇਹਨਾਂ ਨੂੰ ਸਨੋ ਲਾਇਓਪਰਡ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਨੈਕਸਟ ਮੋਨਾਸ਼ ਯੂਨੀਵਰਸਿਟੀ ਆਫ ਆਸਟ੍ਰੇਲੀਆ ਆਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਦੁਆਰਾ ਅਨਾਉਂਸਮੈਂਟ ਕੀਤੀ ਗਈ ਵਰਲਡ ਦੀ ਫਰਸਟ ਬਾਇਓਨਿਕ ਆਈ ਕਿ ਵਰਲਡ ਦੀ ਪਹਿਲੀ ਬਾਇਓਨਿਕ ਆਈ ਡਿਵੈਲਪ ਕੀਤੀ ਹੈ ਆਸਟ੍ਰੇਲੀਆ ਦੁਆਰਾ ਜਿਸ ਨਾਲ ਕਿ ਜਿਹੜਾ ਬ্লাইন্ড ਪਰਸਨ ਹੈ ਉਹ ਦੁਬਾਰਾ ਦੇਖ ਸਕੇਗਾ ਨੈਕਸਟ ਡਾਕਟਰ ਹਰਸ਼ ਵਰਧਨ ਡਾਕਟਰ ਹਰਸ਼ ਵਰਧਨ ਅਰਥ ਐਂਡ ਸਾਇੰਸ ਮਿਨਿਸਟਰ ਅਨਾਉਂਸ ਕੀਤਾ ਸੀ ਇਹਨਾਂ ਨੇ ਕਿ ਇੰਡੀਅਨ ਇੰਡੀਆ ਸੁਨਾਮੀ ਅਰਥ अर्ਲੀ ਵਾਰਨਿੰਗ ਸੈਂਟਰ ਇੰਡੀਆ ਸੁਨਾਮੀ अर्ली ਵਾਰਨਿੰਗ ਸੈਂਟਰ ਹੈ ਜਿਹੜਾ ਇਹ ਸੁਨਾਮੀ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ 25 ਕੰਟਰੀਜ਼ ਨੂੰ 25 ਕੰਟਰੀਜ਼ ਨੂੰ ਸੁਨਾਮੀ ਤੋਂ ਵਾਰਨਿੰਗ ਦੀ ਜਿਹੜੀ ਸਰਵਿਸਿਜ਼ ਨੇ ਉਹ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਇੰਡੀਅਨ ਓਸ਼ੀਅਨ ਰੀਜਨ ਦੇ ਵਿੱਚ ਅੰਡਰ O ਸਮਾਰਟ ਸਕੀਮ O ਸਮਾਰਟ ਦੀ ਫੁੱਲ ਫਾਰਮ ਇੰਪੋਰਟੈਂਟ ਬਨੇਗੀ Oਸ਼ੀਅਨ ਸਰਵਿਸਿਜ਼ ਮੋਡਲਿੰਗ ਐਪਲੀਕੇਸ਼ਨਸ ਰਿਸੋਰਸਿਜ਼ ਐਂਡ ਟੈਕਨੋਲੋਜੀ ਨੈਕਸਟ ਹੈ ITBP ਇੰਡੋ ਤਿਬੇਟਨ ਬਾਰਡਰ ਪੁਲਿਸ ਇੰਡੋ ਤਿਬੇਟਨ ਬਾਰਡਰ ਪੁਲਿਸ ਇਹਨਾਂ ਨੇ ਐਗਰੀਮੈਂਟ ਸਾਈਨ ਕੀਤਾ ਉੱਤਰਾਖੰਡ ਦੇ ਨਾਲ ਉੱਤਰਾਖੰਡ ਦੇ ਨਾਲ ਤਾਂ ਕਿ ਟੂਰਿਜ਼ਮ ਨੂੰ ਟੂਰਿਜ਼ਮ ਨੂੰ ਪ੍ਰਮੋਟ ਕੀਤਾ ਜਾ ਸਕੇ ਤਿਹਰੀ ਲੇਖ ਤੇ ਤਿਹਰੀ ਲੈਕ ਦੇ ਲਈ ਉੱਤਰਾਖੰਡ ਦੀ ਤਿਹਰੀ ਲੈਕ ਦੇ ਲਈ ਐਗਰੀਮੈਂਟ ਕਿਹੜੀ ਸੈਂਟਰਲ ਆਰਮ ਫੋਰਸ ਨੇ ਐਗਰੀਮੈਂਟ ਸਾਈਨ ਕੀਤਾ ਸੀ ਆਈਟੀਬੀਪੀ ਨੇ ਆਈਟੀਬੀਪੀ ਦਾ ਫਾਊਂਡੇਸ਼ਨ ਡੇ 24 ਅਕਤੂਬਰ ਨੂੰ ਹਰ ਸਾਲ ਆਬਜ਼ਰਵ ਕੀਤਾ ਜਾਂਦਾ ਹੈ ਔਰ ਇਸ ਹੈ ਡਾਇਰੈਕਟਰ ਜਨਰਲ ਐਸਐਸ ਦੇਸਵਾਲ ਨੇ ਡਾਇਰੈਕਟਰ ਜਨਰਲ ਕੌਣ ਨੇ ਐਸਐਸ ਦੇਸਵਾਲ ਨੈਕਸਟ ਹੈ ਗਵਰਨਮੈਂਟ ਹੈਜ਼ ਅਨਾਉਂਸਡ ਟੂ ਸੈਟ ਅਪ ਨਿਊਟ੍ਰੀਨੋ ਆਬਜ਼ਰਵੇਟਰੀ ਨਿਊਟ੍ਰੀਨੋ ਆਬਜ਼ਰਵੇਟਰੀ ਹੈ ਜਿਹੜੀ ਇਹ ਬਣਾਈ ਜਾਏਗੀ ਐਟ ਬੋਦੀ ਵੈਸਟ ਹਿਲਸ थेनी डिस्ट्रिक्ट ऑफ तमिलनाडु तमिलनाडु बोधी वैसट हिल्स तो तमिलनाडु की बोधी वैसट हिल्स न्यूट्रीनो ऑब्जरवेटरी बनाई जाएगी अनाउंस किया गया गौरमेंट द्वारा नैक्स्ट है यूपी सी एम योगी आदित्यनाथ यूपी के चीफ मिनिस्टर योगी आदित्यनाथ अनाउंस किया ने एक टैक्सटाइल पार्क एक टैक्सटाइल पार्क लगाया जाएगा बरेली उत्तर प्रदेश के बरेली उत्तर प्रदेश ਦੇ ਵਿੱਚ ਟੈਕਸਟਾਈਲ ਪਾਰਕ ਲਗਾਇਆ ਜਾਏਗਾ ਯੂਪੀ ਦੇ ਚੀਫ ਮਿਨਿਸਟਰ ਯੋਗੀ ਅਦਿੱਤਿਆਨਾਥ ਦੁਆਰਾ ਅਨਾਉਂਸ ਕੀਤਾ ਗਿਆ ਹੈ ਅੰਡਰ 1 ਡਿਸਟ੍ਰਿਕਟ 1 ਪ੍ਰੋਡਕਟ ਸਕੀਮ 1 ਡਿਸਟ੍ਰਿਕਟ 1 ਪ੍ਰੋਡਕਟ ਸਕੀਮ ਦੇ ਅੰਦਰ ਨੈਕਸਟ ਯੂਪੀ ਗਵਰਨਮੈਂਟ ਦੁਆਰਾ ਹੀ ਡਿਸਾਈਡ ਕੀਤਾ ਗਿਆ ਸੀ ਕਿ ਫੈਮਿਲੀਜ਼ ਨੂੰ ਕਾਊਸ ਦਿੱਤੀਆਂ ਜਾਣਗੀਆਂ ਉਹਨਾਂ ਫੈਮਿਲੀਜ਼ ਨੂੰ ਕਾਊਸ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੇ ਮਲ ਨਿਊਟ੍ਰੀਸ਼ਨ ਚਿਲड्रन ਨੇ ਜਿਨ੍ਹਾਂ ਦੇ ਬੱਚੇ ਕੂਪੋਸ਼ਿਤ ਨੇ ਨੈਕਸਟ महाराष्ट्र गवर्नमेंट महाराष्ट्र गवर्नमेंट हैज लॉन्च ई e पीक पाहणी एप्लीकेशन महाराष्ट्र द्वारा ई e पीक पाहणी एप्लीकेशन लॉन्च की गई टू बेनिफिट फार्मर्स फार्मर्स नु बेनिफिट ਕਰਨ ਦੇ ਲਈ ਸਿਮਿਲਰ ਤਰੀਕੇ ਨਾਲ ਫਾਰਮਰਸ ਦੇ ਲਈ ਐਮਪੀ ਦੁਆਰਾ ਮੁੱਖ ਮੰਤਰੀ ਕਿਸਾਨ ਕਲਿਆਣ ਯੋਜਨਾ ਮੁੱਖ ਮੰਤਰੀ ਕਿਸਾਨ ਕਲਿਆਣ ਯੋਜਨਾ ਲਾਂਚ ਕੀਤੀ ਗਈ ਸੀ ਐਮਪੀ ਦੇ ਚੀਫ ਮਿਨਿਸਟਰ शिवराज सिंह चौहान ਦੁਆਰਾ तमिलनाडु तमिलनाडु गवर्नमेंट ने चौंती एक मोबाइल पब्लिक डिस्ट्रीब्यूशन आउटलेट्स अम्मा मोबाइल राशन शॉप्स बेसिकली अम्मा मोबाइल राशन शॉप्स ओपन कितिया तमिलनाडु ने जिस दे नाल जड़े ऐसे एरियाज़ ने जिथे कह हैं कि जी राशन वगैरह नहीं पहुँचाया जा पा रहा रिमोट एरियाज राशन पहुँचाया जा सके तो मूवेबल अम्मा मोबाइल राशन शॉप्स लॉन्च कितिया नैक्सट डीआर डीओ डी आर डीओ हैज ਕੰਡਕਟਿਡ ਸਕਸੈਸਫੁਲੀ ਟੈਸਟ ਫਲਾਈਟ ਆਫ ਅਭਿਆਸ ਅਭਿਆਸ ਇੱਕ ਹਾਈ ਸਪੀਡ ਐਕਸਪੈਂਡੇਬਲ ਏਰੀਅਲ ਟਾਰਗੇਟ ਜਿਸ ਨੂੰ ਟੈਸਟ ਕੀਤਾ ਗਿਆ ਇੰਟੀਗ੍ਰੇਟ ਇੰਟਰੀਮ ਟੈਸਟ ਰੇਂਜ ਓਡੀਸ਼ਾ ਤੋਂ ਓਡੀਸ਼ਾ ਤੋਂ ਡੀਆਰਡੀਓ ਦੁਆਰਾ ਅਭਿਆਸ ਨੂੰ ਟੈਸਟ ਫਾਇਰ ਕੀਤਾ ਗਿਆ ਨੈਕਸਟ ਹੈ ਇੰਡੀਅਨ ਆਰਮੀ ਆਰਗੇਨਾਈਜ਼ਸ ਸ਼ਿਕਾਰਾ ਰੇਸ ਸ਼ਿਕਾਰਾ ਰੇਸ ਹੈ ਜਿਹੜੀ ਇਹ ਇੰਡੀਅਨ ਆਰਮੀ ਦੁਆਰਾ ਆਰਗੇਨਾਈਜ਼ ਕੀਤੀ ਗਈ ਇਨ ਦਲ ਲੇਕ ਐਂਡ ਵੂਲਰ ਲੇਕ ਦਲ ਲੇਕ ਔਰ ਵੂਲਰ ਲੇਕ ਦੇ ਵਿੱਚ ਤਾਕੀ ਟੂਰਿਜ਼ਮ ਨੂੰ ਪ੍ਰਮੋਟ ਕੀਤਾ ਜਾ ਸਕੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਇੰਡੀਅਨ ਆਰਮੀ ਦੁਆਰਾ ਆਰਗੇਨਾਈਜ਼ ਕੀਤੀ ਗਈ ਹੈ ਸ਼ਿਕਾਰਾ ਰੇਸ ਨੈਕਸਟ ਹੈ ਅਪ ਚਲਦੇ ਹਾਂ ਸਟੈਟਿਕ ਪੋਰਸ਼ਨ ਦੇ ਵਿੱਚ ਬਿਹਾਰ ਡਿਸਕਸ ਕਰਾਂਗੇ ਬਿਹਾਰ 22 ਮਾਰਚ 1912 ਦੇ ਵਿੱਚ ਬਣਾਇਆ ਗਿਆ ਸੀ ਬਿਹਾਰ ਨੂੰ 1912 ਦੇ ਵਿੱਚ ਬਣਾਇਆ ਗਿਆ ਸੀ ਕੈਪੀਟਲ ਪਟਨਾ ਹੈ ਚੀਫ ਮਿਨਿਸਟਰ ਨਿਤਿਸ਼ ਕੁਮਾਰ ਨੇ ਚੀਫ ਮਿਨਿਸਟਰ ਕੋ ਨੇ ਨਿਤਿਸ਼ ਕੁਮਾਰ ਗਵਰਨਰ ਨੇ ਫਾਗੂ ਚੋਹਾਨ ਗਵਰਨਰ ਫਾਗੂ ਚੋਹਾਨ ਨੇ ਇਥੇ ਦੇ थर्टी एट डिस्ट्रिक्स ने फोर्टी लोग सभा सीट्स सिक्सटीन विधान राज्यसभा सीट्स विधानसभा सभा की गल करिएू फोर्टी थ्री और विधान परिषद सैवनटी फाइव सीट्स ने पाए कैमरल लैजिसलेचर है यानी कि विधानसभा और विधान परिषद दोनों है बॉर्डर स्टेट्स की गल करिए यूपी झारखंड और वैसट बेंगोल यूपी झारखंड और वैस्ट बेंगोल के नाल बॉर्डर शेयर कर दिया इस अलावा तो नेपाल के नाल बॉर्डर शेयर करद नेपाल कंट्री यह बॉर्डर शेयर करता है। वाल्मीकि नैशनल पार्क बिहार के भीमबंद वाइल्डलाइफ सेंचुरी कैमूर वाइल्डलाइफ सेंचुरी भीमबंद वाइल्डलाइफ सेंचुरी और कैमूर वाइल्डलाइफ सेंचुरी भी बिहार के विक्रमशिला गैंगेटिक डॉल्फिन, विक्रमशिला गैंगेटिक डॉल्फिन सेंचुरी है थे सेंचुरी कनवर लेक बर्ड सेंचुरी और सब तो इंपोर्टेंट महाबोधी टेंपल काफ़ी बार एग्जाम पूछा गया है महाबोधी टेंपल है ਬਿਹਾਰ ਦੇ ਵਿੱਚ ਨੈਕਸਟ ਚਲਦੇ ਆਂ ਅੱਜ ਦੇ ਫਰਸਟ ਕੁਐਸਚਨ ਦੇ ਵੱਲ ਫਰਸਟ ਕੁਐਸਚਨ ਹੈ ਵਿਚ ਡੇ ਇਸ ਆਬਜ਼ਰਵਡ ਐਜ਼ ਵਰਲਡ ਮੈਰੀਟਾਈਮ ਡੇ ਵਰਲਡ ਮੈਰੀਟਾਈਮ ਡੇ ਕਿਸ ਦਿਨ ਆਬਜ਼ਰਵ ਕੀਤਾ ਗਿਆ ਫਰਸਟ نیوز ਮੈਰੀਟਾਈਮ ਡੇ ਆਬਜ਼ਰਵ ਕੀਤਾ ਗਿਆ ਸੀ 24th ਸੈਪਟੈਂਬਰ ਨੂੰ 24th ਸੈਪਟੈਂਬਰ ਨੂੰ ਇਸ ਸਾਲ ਇਹ 24 ਸੈਪਟੈਂਬਰ ਨੂੰ ਆਬਜ਼ਰਵ ਕੀਤਾ ਗਿਆ ਬੇਸਿਕਲੀ ਹਰ ਸਾਲ ਇਹ ਲਾਸਟ ਥਰਸਡੇ ਨੂੰ ਆਬਜ਼ਰਵ ਕੀਤਾ ਜਾਂਦਾ ਹੈ ਸੈਪਟੈਂਬਰ ਦੇ ਲਾਸਟ ਥਰਸਡੇ ਨੂੰ ਸੈਪਟੈਂਬਰ ਦੇ ਲਾਸਟ ਥਰਸਡੇ ਨੂੰ ਹਰ ਸਾਲ ਵਰਲਡ ਮੈਰੀਟਾਈਮ ਡੇ ਅਬਜ਼ਰਵ ਕੀਤਾ ਜਾਂਦਾ ਹੈ ਇਸ ਸਾਲ 24 ਸੈਪਟੈਂਬਰ ਨੂੰ ਅਬਜ਼ਰਵ ਕੀਤਾ ਗਿਆ ਅਗਰ ਨੈਸ਼ਨਲ ਮੈਰੀਟਾਈਮ ਡੇ ਦੀ ਗੱਲ ਕਰੀਏ ਨੈਸ਼ਨਲ ਮੈਰੀਟਮ ਡੇ 5 April ਨੂੰ ਅਬਜ਼ਰਵ ਕੀਤਾ ਜਾਂਦਾ ਹੈ ਨੈਸ਼ਨਲ ਮੈਰੀਟਮ ਡੇ ਵੀ ਆਪਾਂ ਡਿਸਕਸ ਕੀਤਾ ਸੀ 5 April ਨੂੰ ਅਬਜ਼ਰਵ ਕੀਤਾ ਜਾਂਦਾ ਹੈ ਇਸ ਸਾਲ ਦੀ ਥੀਮ ਰਹੀ ਹੈ ਸਸਟੇਨੇਬਲ ਸ਼ਿਪਿੰਗ ਫੋਰ ਸ਼ਿਪਿੰਗ ਸਸਟੇਨੇਬਲ ਪਲੈਨਟ ਸਸਟੇਨੇਬਲ ਸ਼ਿਪਿੰਗ ਫੋਰ ਸਸਟੇਨੇਬਲ पलैनट इस साल की थीम रही है ठीक है जी ये याद रखने इस तो इलावा अगर आप गल करिए बाकी दिन की बाकी दिन भी आप रिसेंटली डिस्कस किए हैं फॉर एग्जाम्पल ट्वेंटी थर्ड सपटेंबर गल करिए ट्वेंटी सैकंड सपटेंबर की गल करिए्वेंटी सैकंड सपटर राइनो डे रायनो डे आप डिस्कस किया इस ट्वेंटी थर्ड सपटेंबर आप गल करिए इंटरैशनल डे ऑफ साइन लैंगुएज इंटरैशनल डे ऑफ ਸਾਇਨ ਲੈਂਗੁਏਜ ਅਬਜ਼ਰਵ ਕੀਤਾ ਗਿਆ ਸੀ ਇਸ ਤੋਂ ਇਲਾਵਾ 21 ਸਪਟੈਂਬਰ ਨੂੰ ਵਰਲਡ ਐਲਜ਼ਾਈਮਰ ਡੇ ਵਰਲਡ ਐਲਜ਼ਾਈਮਰ ਡੇ ਡਿਸਕਸ ਕੀਤਾ ਸੀ ਇੰਟਰਨੈਸ਼ਨਲ ਡੇ ਆਫ ਪੀਸ ਵੀ ਡਿਸਕਸ ਕੀਤਾ ਸੀ ਆਪਾਂ ਨੇ 21 ਸਪਟੈਂਬਰ 18 ਸਪਟੈਂਬਰ ਬੈਂਬੂ ਡੇ ਅਬਜ਼ਰਵ ਕੀਤਾ ਗਿਆ ਸੀਗਾ ਇਸ ਤੋਂ ਇਲਾਵਾ ਇੱਕ ਦਿਨ ਹੋਰ ਡਿਸਕਸ ਕੀਤਾ ਸੀ ਆਪਾਂ ਨੇ 18 ਸਪਟੈਂਬਰ ਨੂੰ ਵਰਲਡ ਵਾਟਰ ਮੋਨਿਟਰਿੰਗ ਡੇ ਵਰਲਡ ਵਾਟਰ ਮੋਨਿਟਰਿੰਗ ਡੇ ਵੀ ਅਬਜ਼ਰਵ ਕੀਤਾ ਗਿਆ ਸੀ 18th ਆਫ ਸਪਟੈਂਬਰ ਨੈਕਸਟ ਵਿਚ ਆਫ ਦਾ ਫੋਲੋਇੰਗ ਬੈਂਕ ਹੈਜ਼ ਅਨਾਉਂਸਡ ਟੂ ਕੋਲਾਬੋਰੇਟ ਵਿਦ ਗੂਗਲ ਕਿਹੜੇ ਬੈਂਕ ਦੁਆਰਾ ਗੂਗਲ ਦੇ ਨਾਲ ਕੋਲਾਬੋਰੇਸ਼ਨ ਅਨਾਉਂਸ ਕੀਤੀ ਗਈ ਹੈ ਟੂ ਇਨੇਬਲ ਕਸਟਮਰਸ ਟੂ ਯੂਜ਼ ਡੈਬਿਟ ਕਾਰਡਸ ਔਨ ਗੂਗਲ ਪੇ ਗੂਗਲ ਪੇ ਦੀ ਗੱਲ ਕਰੀਏ ਗੂਗਲ ਪੇ ਗੂਗਲ ਦੁਆਰਾ ਲਾਂਚ ਕੀਤਾ ਗਿਆ ਹੈ ਸਹੀ ਹੈ ਇਸ ਦੇ ਅੰਡਰ ਡੈਬਿਟ ਕਾਰਡ ਦਾ ਯੂਜ਼ ਕਰ ਸਕੇ ਕਿਹੜੇ ਬੈਂਕ ਨੇ ਅਨਾਉਂਸ ਕੀਤਾ ਕਿਹੜੇ ਬੈਂਕ ਨੇ ਅਨਾਉਂਸ ਕੀਤੀ ਹੈ ਪਾਰਟਨਰਸ਼ਿਪ ਐਸ ਬੀ ਆਈ ਨੇ ਫਰਸਟ অপਸ਼ਨ SBI ਦੁਆਰਾ ਪਾਰਟਨਰਸ਼ਿਪ ਅਨਾਉਂਸ ਕੀਤੀ ਗਈ Google Pay ਦੇ ਨਾਲ ਤਾਂਕੀ ਡੈਬਿਟ ਕਾਰਡ ਦੀ ਯੂਜ਼ ਕੀਤੀ ਜਾ ਸਕੇ ਠੀਕ ਹੈ ਜੀ ਇਸ ਤੋਂ ਇਲਾਵਾ ਅਗਰ ਅਪਾ ਗੱਲ ਕਰਦੇ ਆ SBI ਦੀ ਹੀ ਤਾਂ ਸ਼ਗੁਨ ਸਕੀਮ ਸ਼ਗੁਨ ਪਾਲਿਸੀ ਲਾਂਚ ਕੀਤੀ ਗਈ ਸੀ SBI ਦੁਆਰਾ ਰੀਸੈਂਟਲੀ SBI ਜਰਨਲ ਇੰਸ਼ੋਰੈਂਸ ਨੇ Yes Bank ਦੇ ਨਾਲ ਪਾਰਟਨਰਸ਼ਿਪ ਕੀਤੀ ਸੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਅਗਰ ਅਪਾ ਗੱਲ ਕਰੀਏ SBI ਦੇ ਬਾਰੇ SBI ਦੇ चीफ चेंज किए जा रहे हैं दिनेश कुमार खारा पॉइंट किए जाने इस तो इलावा एम डी नवे पॉइंट किए गए अश्वनी भाटिया अश्वनी भाटिया आईसी आई सी आई बैंक होम उत्सव लॉन्च किया गया से आई सी आई सी आई बैंक द्वारा वट्सएप उत्ते सर्विस शुरू करने वाला फस्ट बैंक बनया से आई सी आई सी आई और सैटेलाइट डाटा नूज करने वाला बैंक बनया से आई सी आई सी आई बैंक एच डी एफ सी बैंक समर कैंपेन लॉन्च किया गया डी एफ सी बैंक द्वारा शोरया क्रेडिट कार्ड लॉन्च किया गया एच डी एफ सी बैंक द्वारा इस तु तो इलावा हम हार नहीं मानेंगे सोंग भी रिलीज़ किया गया सी एच डी एफ सी बैंक द्वारा एच डी एफ सी बैंक के एम डी का नाम याद रखना है शशिधर जगदीशन शशिधर जगदीशन एच डी एफ सी बैक के नवे एम डी अपंट कि यस बैंक लोन इन सैकेंड स्कीम लॉन ओवर सिक्योरिटीज स्कीम लॉन इन सैकंड ओवर दोनों स्कीम शुरू गई सी यस बैंक द्वारा ਐਕਸਿਸ ਬੈਂਕ ਨੇ ਐਕਸਾ ਲਾਂਚ ਕੀਤਾ ਸੀ ਡਿਜੀਟਲ ਅਸਿਸਟੈਂਟ ਇਸ ਤੋਂ ਇਲਾਵਾ ਐਕਸਿਸ ਬੈਂਕ ਦੁਆਰਾ ਮੈਕਸ ਲਾਈਫ ਇੰਸ਼ੋਰੈਂਸ ਦੇ ਵਿੱਚ 30% ਸੇਕ ਬਾਏ ਕੀਤਾ ਗਿਆ ਨੈਕਸਟ ਹੈ ਸੇਬੀ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਦੁਆਰਾ ਇੱਕ ਗਰੁੱਪ ਬਣਾਇਆ ਗਿਆ ਇੱਕ ਕਮੇਟੀ ਕਹਿ ਸਕਦੇ ਆ ਬਣਾਈ ਗਈ ਇੱਕ ਟੈਕਨੀਕਲ ਗਰੁੱਪ ਓਨ ਸੋਸ਼ਲ ਸਟਾਕ ਐਕਸਚੇਂਜ ਅੰਡਰ ਦਾ ਚੇਅਰਮੈਨਸ਼ਿਪ ਆਫ ਸੋਸ਼ਲ ਸਟਾਕ ਐਕਸਚੇਂਜ ਦੇ ਉੱਤੇ ਟੈਕਨੀਕਲ ਗਰੁੱਪ ਬਣਾਇਆ ਕਿਸ ਦੀ ਚੇਅਰਮੈਨਸ਼ਿਪ ਦੇ ਅੰਦਰ SEBI ਨੇ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨੇ ਕਿਸ ਦੀ ਚੇਅਰਮੈਨਸ਼ਿਪ ਦੇ ਐਂਟਰਪ੍ਰੀਨਰਸ ਨੂੰ ਹਰਸ਼ ਕੁਮਾਰ ਬਣਵਾਲਾ ਹਰਸ਼ ਕੁਮਾਰ ਬਣਵਾਲਾ ਜੋ ਕਿ NABARD ਦੇ ਫਾਰਮਰ ਚੇਅਰਪਰਸਨ ਰਹੇ ਚੁੱਕੇ ਨੇ NABARD ਦੇ ਫਾਰਮਰ ਚੇਅਰਪਰਸਨ ਰਹੇ ਚੁੱਕੇ ਨੇ ਇਹਨਾਂ ਨੂੰ SEBI ਦੀ ਇੱਕ ਕਮੇਟੀ ਦਾ ਚੇਅਰਪਰਸਨ ਬਣਾਇਆ ਗਿਆ ਠੀਕ ਹੈ ਜੀ ਅੱਛਾ SEBI ਦੀ ਜੇ ਅਗਰ ਆਪਾਂ ਗੱਲ ਕਰੀਏ SEBI ਦਾ ਹੈੱਡਕੁਆਰਟਰ ਮੁੰਬਈ ਦੇ ਵਿੱਚ ਹੈ ਔਰ SEBI ਦੇ ਹੈੱਡ ਨੇ ਅਜੇ ਤਿਆਗੀ ਅਜੇ ਤਿਆਗੀ SEBI ਦੇ ਹੈੱਡ ਨੇ ਇਹਨਾਂ ਨੂੰ ਰੀਸੈਂਟਲੀ ਐਕਸਟੈਂਸ਼ਨ ਦਿੱਤੀ ਗਈ ਸੀ ਇਹਨਾਂ ਦੀ ਟਰਮ ਦੇ ਵਿੱਚ ਇਹ ਯਾਦ ਰੱਖਣਾ ਹੈ ਗੋਵਿੰਦਾ ਚਿੰਤਲਾ ਰਾਜੂ ਨਬਾਰ ਦੇ ਹੈੱਡ ਨੇ ਨਬਾਰ ਦੇ ਹੈੱਡ ਨੇ ਗੋਵਿੰਦਾ ਚਿੰਤਲਾ ਰਾਜੂ ਉਰਜੀਤ ਪਟੇਲ ਉਰਜੀਤ ਪਟੇਲ ਬੇਸਿਕਲੀ ਫਾਰਮਰ RBI ਗਵਰਨਰ ਨੇ RBI ਦੇ ਗਵਰਨਰ ਰਹਿ ਚੁੱਕੇ ਨੇ ਇਸ ਤੋਂ ਇਲਾਵਾ ਰੀਸੈਂਟਲੀ ਇਹਨਾਂ ਨੂੰ ਗ੍ਰੇਟ ਈਸਟਰਨ ਸ਼ਿਪਿੰਗ ਕੰਪਨੀ ਗ੍ਰੇਟ ਈਸਟਰਨ ਸ਼ਿਪਿੰਗ ਕੰਪਨੀ ਦਾ ਐਡਮਿਨਿਸਟ ਐਡਮਿਨਿਸਟਰेटर ਅਪਾਇੰਟ ਕੀਤਾ ਗਿਆ ਸੀ ਸ਼ਾਇਦ ਨਾਨ ਐਗਜ਼ੀਕਿਟਿਵ ਐਡਮਿਨਿਸਟਰेटर ਅਪਾਇੰਟ ਕੀਤਾ ਗਿਆ ਸੀ ਇਸ ਤੋਂ ਇਲਾਵਾ ਇਹਨਾਂ ਨੂੰ ਨੈਸ਼ਨਲ ਇੰਸਟੀਚਿਊਟ ਆਫ ਫਾਈਨੈਂਸ ਐਂਡ ਪੋਲੀਸੀ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਈਨੈਂਸ ਐਂਡ ਪੋਲੀਸੀ ਦਾ ਵੀ ਚੇਅਰਮੈਨ ਅਪਾਇੰਟ ਕੀਤਾ ਗਿਆ ਸੀ ਊਰਜਿਤ ਪਟੇਲ ਨੂੰ ਨੈਕਸਟ Railway has planned for 100% electrification of its broad gauge routes by Indian Railways di gall kariye Indian Rail agar pa gall kariye tin tarike di rail lines pai jandiyan ne narrow middle aur narrow sab aur broad broad agar gall kariye basically inna de vich distance hunda hai usde basis te eh rail lines pai jandiyan ne te jedi broad jedi ki sab to zyada lambi hai broad hai ਉਸਦੀ 100% ਇਲੈਕਟ੍ਰੀਫਿਕੇਸ਼ਨ ਕਰ ਦਿੱਤੀ ਜਾਏਗੀ ਗਵਰਨਮੈਂਟ ਦੁਆਰਾ ਅਨਾਉਂਸ ਕੀਤੀ ਗਈ ਹੈ ਕਿ ਕਿਹੜੇ ਸਾਲ ਤੱਕ ਇਸ ਨੂੰ ਕਰ ਦਿੱਤਾ ਜਾਏਗਾ 2023 ਤੱਕ 2023 ਤੱਕ ਰੇਲਵੇਜ਼ ਦੀ ਬਰੋਡ ਗੋਥ ਰੇਲਵੇ ਲਾਈਨਸ ਦੀ 100% ਇਲੈਕਟ੍ਰੀਫਿਕੇਸ਼ਨ ਕਰ ਦਿੱਤੀ ਜਾਏਗੀ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਰੇਲਵੇ ਦੀ ਤਾਂ ਰੇਲਵੇ ਮਨਿਸਟਰ ਕੌਣ ਨੇ ਆਪਣੇ ਰੇਲਵੇ ਮਨਿਸਟਰ ਨੇ ਪਿਊਸ਼ ਗੋਇਲ ਪਿਊਸ਼ ਗੋਇਲ ਰੇਲਵੇ ਮਨਿਸਟਰ ਨੇ इसत अलावा कॉमर्स एंड इंडस्ट्रीज मिनिस्टर भी ने राज्यसभा एम पी ने महाराष्ट्र दो राज्यसभा एम पी ने महाराष्ट्र दो अगर आप रेलवे बोर्ड की तो रेलवे बोर्ड के चेयरमैन ने वी के यादव वी के यादव रेलवे बोर्ड के चेयरमैन ने और रीसेंटली रेलवे बोर्ड सी ईओ की पोस्ट क्रिएट की गई है और पहले सी भी वी के यादव ही अपॉइंट किया गया चेयरमैन भी यही ने और सी भी इन्हों ही अपॉइंट किया गया ठीक है जी यद रखना है ਨੈਕਸਟ ਅੱਛਾ ਇਸ ਤੋਂ ਇਲਾਵਾ ਰੇਲਵੇ ਦੇ ਰਿਲੇਟਡ ਇੱਕ ਨਿਊਜ਼ ਵੀ ਹੈ ਰੇਲਵੇ ਮਿਨਿਸਟਰੀ ਦੇ ਰਿਲੇਟਡ ਹੀ ਹੈ ਉਹ ਵੀ ਆਪਾਂ ਨੈਕਸਟ ਕੁਐਸਚਨ ਦੇ ਵੀ ਡਿਸਕਸ ਕਰ ਲੈਨੇ ਆ ਸਭ ਤੋਂ ਪਹਿਲੇ ਹੂ ਇਜ਼ ਅਪੋਇੰਟਡ ਐਸ ਰੀਜਨਲ ਐਮਬੈਸਡਰ ਫਾਰ ਇੰਡੀਆ ਬਾਏ ਯੂਨਾਈਟਿਡ ਨੇਸ਼ਨ এনवायरमेंट ਪ੍ਰੋਗਰਾਮ ਯੂਨਾਈਟਿਡ ਨੇਸ਼ਨ এনवायरमेंट ਪ੍ਰੋਗਰਾਮ ਦੇ ਲਈ ਯੂਨਾਈਟਿਡ ਨੇਸ਼ਨ এনवायरमेंट ਪ੍ਰੋਗਰਾਮ ਦੇ ਲਈ ਰੀਜਨਲ ਐਮਬੈਸਡਰ ਕਿੰਨਾ ਨੂੰ ਅਪੋਇੰਟ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਯਾਦ ਰੱਖਣੇ ਕਿਉਂਕਿ ਯੂਨਾਈਟਿਡ ਨੇਸ਼ਨਲ এনवायरमेंट ਪ੍ਰੋਗਰਾਮ ਹੈ ਇਹਨਾਂ ਨੇ ਹੀ ਦੀਆ ਮਿਰਸਾ ਨੂੰ ਅਪਾਇੰਟ ਕੀਤਾ ਸੀ ਐਮਬੈਸਡਰ ਆਪਣਾ 2022 ਤੱਕ ਦੇ ਲਈ ਠੀਕ ਹੈ ਹੁਣ ਇਹਨਾਂ ਨੇ ਰੀਜਨਲ ਐਮਬੈਸਡਰ ਵੀ ਅਪਾਇੰਟ ਕੀਤੇ ਨੇ ਯਾਨੀ ਕਿ ਇਹਨਾਂ ਦੇ ਨਾਲ ਇੱਕ ਹੋਰ ਐਮਬੈਸਡਰ ਨੂੰ ਅਪਾਇੰਟ ਕੀਤਾ ਹੈ ਉਹਨਾਂ ਦਾ ਨਾਮ ਹੈ ਖੁਸ਼ੀ ਚਿੰਦਾਲੀਆ ਖੁਸ਼ੀ ਚਿੰਦਾਲੀਆ ਜੋ ਕਿ ਸੂਰਤ ਗੁਜਰਾਤ ਤੋਂ ਬਿਲੋਂਗ ਕਰਦੇ ਨੇ ਖੁਸ਼ੀ ਚਿੰਦਾਲੀਆ ਸੂਰਤ ਗੁਜਰਾਤ ਤੋਂ ਬਿਲੋਂਗ ਕਰਦੇ ਨੇ ਇਹਨਾਂ ਨੂੰ ਯੂਨਾਈਟਿਡ ਨੇਸ਼ਨ এনवायरमेंट ਪ੍ਰੋਗਰਾਮ ਨੇ ਰੀਜਨਲ ਐਮਬੈਸਡਰ ਬਣਾਇਆ ਇੰਡੀਆ ਦੇ ਲਈ ਠੀਕ ਹੈ ਜੀ ਪਲੱਸ ਅਗਰ ਆਪਾਂ ਗੱਲ ਕਰੀਏ ਯੂਨਾਈਟਿਡ ਨੇਸ਼ਨ এনवायरमेंट ਪ੍ਰੋਗਰਾਮ ਦਾ ਹੈੱਡਕੁਆਟਰ ਨਾਈਰੋਬੀ ਕੇਨੀਆ ਦੇ ਵਿੱਚ ਹੈ ਹੈੱਡਕੁਆਟਰ ਕਿੱਥੇ ਹੈ ਨਾਈਰੋਬੀ ਕੇਨੀਆ ਦੇ ਵਿੱਚ ਠੀਕ ਹੈ ਜੀ ਸਿਮਿਲਰ ਤਰੀਕੇ ਨਾਲ ਜੋ ਕਿ ਨੇਥਰਾ ਹੈ ਨੇਥਰਾ ਬਿਲੋਂਗ ਕਰਦੀ ਸੀ ਤਾਮਿਲਨਾਡੂ ਤੋਂ ਤਾਮਿਲਨਾਡੂ ਤੋਂ ਬਿਲੋਂਗ ਕਰਦੀ ਸੀ ਇਹਨਾਂ ਨੂੰ ਯੂਨਾਈਟਿਡ ਨੇਸ਼ਨ ਐਸੋਸੀਏਸ਼ਨ ਫਾਰ ਡਿਵੈਲਪਮੈਂਟ ਐਂਡ ਪੀਸ ਯੂਨਾਈਟਿਡ ਨੇਸ਼ਨਸ ਦਾ ਐਸੋਸੀਏਸ਼ਨ ਫਾਰ ਡਵੈਲਪਮੈਂਟ ਐਂਡ ਪੀਸ ਇਹਨਾਂ ਦੁਆਰਾ ਇਹਨਾਂ ਦੁਆਰਾ ਗੁੱਡਵਿਲ ਐਂਬੈਸਡਰ ਪੁਆਇੰਟ ਕੀਤਾ ਗਿਆ ਸੀ ਪੂਰ ਦੇ ਲਈ ਨੇਥਰਾਜ ਠੀਕ ਹੈ ਜੀ ਟੀਐਸ 3 ਮੂਰਤੀ ਦੀ ਗੱਲ ਕਰੀਏ ਇੰਡੀਆ ਵੱਲੋਂ ਇੰਡੀਆ ਵੱਲੋਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਰਿਪਰੈਜ਼ੈਂਟੇਟਿਵ ਕਹਿ ਸਕਦੇ ਆ ਜਾਂ ਐਂਬੈਸਡਰ ਕਹਿ ਸਕਦੇ ਆ ਅਪੁਆਇੰਟ ਕੀਤੇ ਗਏ ਸੀ ਟੀਐਸ 3 ਮੂਰਤੀ ਬਾਕੀ ਦੋ ਆਪਸ਼ਨਸ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਕੁਝ ਨਿਊਜ਼ ਨੇ ਸਭ ਤੋਂ ਪਹਿਲੇ ਸਿਮਚਲਾਤਾਸ ਸੀਮਨ ਚਲਾ ਦਾਸ ਇਹ ਕੌਣ ਨੇ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਐਡਵਾਈਜ਼ਰ ਐਗਜ਼ੀਕਿਊਟਿਵ ਡਾਇਰੈਕਟਰ ਦਾ ਇੰਟਰਨੈਸ਼ਨਲ ਮੋਨਟਰੀ ਫੰਡ ਦੇ ਵਿੱਚ ਵਾਸ਼ਿੰਗਟਨ ਆਈਐਮਐਫ ਆਈਐਮਐਫ ਜੋ ਕਿ ਇੰਟਰਨੈਸ਼ਨਲ ਮੋਨਟਰੀ ਫੰਡ ਇਸ ਦਾ ਹੈੱਡਕੁਆਰਟਰ ਕਿੱਥੇ ਹੈ ਵਾਸ਼ਿੰਗਟਨ ਦੇ ਵਿੱਚ ਇਸਦੇ ਜੋ ਐਗਜ਼ੀਕਿਊਟਿਵ ਡਾਇਰੈਕਟਰ ਨੇ ਜੋ ਐਗਜ਼ੀਕਿਊਟਿਵ ਡਾਇਰੈਕਟਰ ਨੇ ਉਹਨਾਂ ਦੇ ਐਡਵਾਈਜ਼ਰ ਅਪੁਆਇੰਟ ਕੀਤੇ ਗਏ ਨੇ ਸਿਮ ਚਲਾ 10 ਸਿਮ ਚਲਾ 10 ਠੀਕ ਹੈ ਇਹ ਯਾਦ ਰੱਖਣਾ ਇਸ ਤੋਂ ਇਲਾਵਾ ਸੁਰੇਸ਼ ਅੰਗਾਦੀ ਸੁਰੇਸ਼ ਅੰਗਾਦੀ ਡਿਪਟੀ ਰੇਲਵੇਜ਼ ਮਿਨਿਸਟਰ ਸਿਖੇ ਇੰਡੀਆ ਦੇ ਡਿਪਟੀ ਰੇਲਵੇਜ਼ ਮਿਨਿਸਟਰ ਹੁਣੇ ਆਪਾਂ ਰੇਲਵੇ ਮਿਨਿਸਟਰ ਦਾ ਨਾਮ ਡਿਸਕਸ ਕੀਤਾ ਸੀ ਪਿਊਸ਼ ਗੋਇਲ ਉਹਨਾਂ ਦੇ ਡਿਪਟੀ ਉਹਨਾਂ ਦੇ ਮਿਨਿਸਟਰ ਆਫ ਸਟੇਟ ਸੀਗੇ ਸੁਰੇਸ਼ ਅੰਗਾਦੀ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਹੈ ਇਹ ਐਮਪੀ ਸੀਗੇ ਬੇਲਾਗਾਵੀ ਕਰਨਾਟਕਾ ਤੋਂ ਬੇਲਾਗਾਵੀ ਕਰਨਾਟਕਾ ਤੋਂ ਐਮਪੀ ਸੀਗੇ ਠੀਕ ਹੈ ਨਾਮ ਇੰਪੋਰਟੈਂਟ ਬਣੇਗਾ ਕਿਉਂਕਿ ਇਸ ਪ੍ਰੈਜ਼ੈਂਟ ਟਾਈਮ ਦੇ ਮਿਨਿਸਟਰ ਸੀਗੇ ਪਰ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਡਿਪਟੀ ਰੇਲਵੇ ਮਿਨਿਸਟਰ ਸੀਗੇ ਬੇਲਾਗਾਵੀ ਕਰਨਾਟਕਾ ਤੋਂ ਲੋਕ ਸਭਾ ਐਮਪੀ ਸੀ ਨੈਕਸਟ ਹੈ ਹਾਊ ਮੈਨੀ ਹਾਊ ਮੈਨੀ ਇੰਡੀਅਨਸ ਮੇਡ ਹਿਸ ਨੇਮ ਇਨ ਦਾ ਟਾਈਮਜ਼ 100 ਮੋਸਟ ਇਨਫਲੂਐਂਸ਼ੀਅਲ ਪੀਪਲ ਆਫ ਦਾ ਵਰਲਡ ਟਾਈਮਜ਼ ਨੇ ਇੱਕ ਲਿਸਟ ਜਾਰੀ ਕੀਤੀ ਕਿ ਟਾਈਮਜ਼ ਦੀ 100 ਮੋਸਟ ਇਨਫਲੂਐਂਸ਼ੀਅਲ ਪੀਪਲ ਯਾਨੀ ਕਿ ਜਿਹੜੇ ਇੰਡੀਆ ਵਰਲਡ ਦੇ ਜਿਹੜੇ ਲੋਗ ਨੇ ਉਹਨਾਂ ਦੇ ਉੱਤੇ ਇੱਕ ਸਿੰਗਲ ਪਰਸਨ ਦਾ ਕਿੰਨਾ ਇੰਪੈਕਟ ਹੈ ਉਹਨਾਂ ਦੇ ਕਹੇ ਦੇ ਉੱਤੇ ਦਾ ਕਿੰਨਾ ਇੰਪੈਕਟ ਹੈ ਇਸ ਦੀ ਇੱਕ ਲਿਸਟ ਜਾਰੀ ਕੀਤੀ ਗਈ ਇਸ ਲਿਸਟ ਦੇ ਵਿੱਚ ਪੰਜ ਇੰਡੀਅਨ ਪਰਸਨਸ ਨੇ ਆਪਣਾ ਨਾਮ ਸ਼ਾਮਿਲ ਕੀਤਾ ਠੀਕ ਹੈ ਕਿਹੜੇ ਪੰਜ ਇੰਡੀਅਨ ਪਰਸਨਸ ਨੇ ਸਭ ਤੋਂ ਪਹਿਲੇ ਡਿਸਕਸ ਕਰਦੇ ਆ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਨਾਮ ਇਸ ਲਿਸਟ ਦੇ ਵਿੱਚ ਚੌਥੀ ਵਾਰ ਆਇਆ 2014 ਤੋਂ ਲੈ ਕੇ ਹੁਣ ਤੱਕ ਚਾਰ ਵਾਰ ਇਹਨਾਂ ਦਾ ਨਾਮ ਇਸ ਲਿਸਟ ਦੇ ਵਿੱਚ ਆ ਚੁੱਕਿਆ ਹੈ ਠੀਕ ਹੈ ਦੂਸਰਾ ਨਾਮ ਹੈ ਆਯੂਸ਼ਮਨ ਖੁਰਾਨਾ ਇਹ ਥੋੜਾ ਹਟਕੇ ਜਿਹਾ ਹੈ ਆਯੂਸ਼ਮਨ ਖੁਰਾਨਾ ਇੱਕ ਕਰ ਆਯੂਸ਼ਮਨ ਖੁਰਾਨਾ ਦਾ ਨਾਮ ਵੀ ਇਸ ਲਿਸਟ ਦੇ ਵਿੱਚ ਹੈ ਤੀਸਰਾ ਨਾਮ ਉਹ ਇਹਨਾਂ ਨੂੰ ਰੀਸੈਂਟਲੀ ਕਿੰਨਾ-ਕਿੰਨਾ ਚੀਜ਼ਾਂ ਦਾ ਐਮਬੈਸਡਰ ਅਪਾਇੰਟ ਕੀਤਾ ਗਿਆ ਇਸ ਦੀ ਲਿਸਟ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸਣੀ ਹੈ ਠੀਕ ਹੈ ਕੁਝ ਦਿਨ ਪਹਿਲੇ ਹੀ ਆਪਾਂ ਡਿਸਕਸ ਕੀਤੇ ਸੀਗੇ ਇਹਨਾਂ ਨੂੰ ਤਿੰਨ ਤਿੰਨ ਚੀਜ਼ਾਂ ਦਾ ਬ੍ਰੈਂਡ ਐਮਬੈਸਡਰ ਅਪਾਇੰਟ ਕਰ ਦਿੱਤਾ ਗਿਆ ਤਿੰਨਾਂ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਤੀਸਰਾ ਨਾਮ ਤੀਸਰਾ ਨਾਮ Google ਦੇ CEO ਸੁੰਦਰ ਪਿਚਾਈ ਤੀਸਰਾ ਨਾਮ ਸੀਗਾ Google ਦੇ CEO ਸੁੰਦਰ ਪਿਚਾਈ ਬਾਕੀ ਦੋ ਨਾਮ ਥੋੜੇ ਘੱਟ ਫੇਮਸ ਨੇ ਇਸ ਇਸ ਕਰਕੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਬਾਕੀ ਦੋ ਨਾਮਾਂ ਚੋਂ ਧਿਆਨ ਰੱਖਣਾ ਹੈ ਸਭ ਤੋਂ ਪਹਿਲਾ ਨਾਮ ਹੈ ਬਿਲਕਿਸ 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 ਕਿਸਗੇ ਬਿਲਕਿਸ ਫੇਮਸ ਹੋਈ ਸੀ ਇੱਕ ਲੇਡੀ ਨੇ ਬੇਸਿਕਲੀ 82 ইয়ার্স 올ਡ ਲੇਡੀ ਨੇ ਇਹਨਾਂ ਦਾ ਨਾਮ ਫੇਮਸ ਹੋਇਆ ਸੀਗਾ ਜਦੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਆਇਆ ਸੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਆਇਆ ਸੀ ਉਦੋਂ ਸ਼ਾਹੀਨ ਬਾਗ ਦਿੱਲੀ ਦੇ ਸ਼ਾਹੀਨ ਬਾਗ ਦੇ ਵਿੱਚ ਸਭ ਤੋਂ ਜ਼ਿਆਦਾ ਵਿਦਰੋਹ ਸੀਗਾ ਜਿਹੜਾ ਇਹਨਾਂ ਦੁਬਾਰਾ ਕੀਤਾ ਗਿਆ ਸੀ ਇਸ ਕਰਕੇ ਇਹਨਾਂ ਦਾ ਨਾਮ ਫੇਮਸ ਹੋਇਆ ਸੀ ਚੌਥਾ ਨਾਮ ਇਹਨਾਂ ਦਾ ਯਾਦ ਰੱਖਣਾ ਹੈ ਔਰ ਇੱਕ ਨਾਮ ਹੋਰ ਇੰਪੋਰਟੈਂਟ ਬਨੇ ਇਸ ਲਿਸਟ ਦੇ ਵਿੱਚ ਹੈ ਰਵਿੰਦਰ ਗੁਪਤਾ ਦਾ ਨਾਮ ਪ੍ਰੋਫੈਸਰ ਰਵਿੰਦਰ ਗੁਪਤਾ ਇਹਨਾਂ ਦਾ ਨਾਮ ਇਸ ਲਿਸਟ ਦੇ ਵਿੱਚ ਏਡਜ਼ ਦੇ ਟ੍ਰੀਟਮੈਂਟ ਕਰਕੇ ਹੈ ਏਡਜ਼ ਦੇ ਟ੍ਰੀਟਮੈਂਟ ਕਰਕੇ ਜੋ ਇਹਨਾਂ ਦਾ ਕੰਟਰੀਬਿਊਸ਼ਨ ਹੈ ਏਡਜ਼ ਦੇ ਟ੍ਰੀਟਮੈਂਟ ਦੇ ਵਿੱਚ ਇਸ ਦੇ ਲਈ ਇਹਨਾਂ ਦਾ ਨਾਮ ਇਸ ਲਿਸਟ ਦੇ ਵਿੱਚ ਹੈ ਰਵਿੰਦਰ ਗੁਪਤਾ ਨਾਮ ਯਾਦ ਰੱਖਣੇ ਨੇ ਇੰਪੋਰਟੈਂਟ ਬਣਨੇਗੇ ਨੈਕਸਟ ਵਿਚ ਕੰਪਨੀ ਹੈਜ਼ ਅਨਾਉਂਸਡ ਟੂ ਐਕਵਾਇਰ ਵੀਡੀਓ ਗੇਮ ਕੰਪਨੀ ਜ਼ੈਨੀਮੈਕਸ ਵਿਦ 7.5 ਬਿਲੀਅਨ 7.5 ਬਿਲੀਅਨ ਦੀ ਲਾਗਤ ਦੇ ਨਾਲ ZeniMax ਕੰਪਨੀ ਹੈ ਜਿਹੜੀ ZeniMax ਇੱਕ ਵੀਡੀਓ ਗੇਮਿੰਗ ਕੰਪਨੀ ਹੈ ਇਸ ਨੂੰ ਐਕਵਾਇਰ ਕਰ ਲਿਆ ਕਿਹੜੀ ਕੰਪਨੀ ਨੇ ਐਕਵਾਇਰ ਕਰ ਲਿਆ Microsoft Microsoft ਦੇ ਚੀਫ ਨੇ ਸਤਿਆ ਨੰਡੇਲਾ ਸਤਿਆ ਨੰਡੇਲਾਜ਼ ਸੀਈਓ ਨੇ ਔਰ ਇਸ ਦੀ ਜਿਹੜੀ ਵੀਡੀਓ ਗੇਮਿੰਗ ਕੰਪਨੀ ਹੈ ZeniMax ਇਹਨਾਂ ਨੇ ਇਸ ਨੂੰ ਖਰੀਦ ਲਿਆ ਐਕਵਾਇਰ ਕਰ ਲਿਆ ਠੀਕ ਹੈ ਸਿਮਿਲਰ ਤਰੀਕੇ ਨਾਲ ਜਿਸ ਤਰੀਕੇ ਨਾਲ Facebook ਨੇ Giphy ਨਾਮ ਦੀ ਵੈਬਸਾਈਟ ਨੂੰ ਐਕਵਾਇਰ ਕਰ ਲਿਆ ਸੀਗਾ ਠੀਕ ਹੈ ਫੇਸਬੁੱਕ ਦੁਆਰਾ ਇੱਕ ਹੋਰ ਮੈਦ੍ਰਿਡ ਦੀ ਇੱਕ ਕੰਪਨੀ ਸੀ ਮੈਡਰਿਡ ਬੇਸਿਕ ਕੰਪਨੀ ਸੀਗੀ ਪਲੇਗੀਗਾ ਪਲੇਗੀਗਾ ਕੰਪਨੀ ਨੂੰ ਵੀ ਫੇਸਬੁਕ ਦੁਆਰਾ ਹੀ ਐਕਵਾਇਰ ਕਰ ਲਿਆ ਗਿਆ ਸੀ WhatsApp ਨੂੰ ਫੇਸਬੁਕ ਦੁਆਰਾ ਐਕਵਾਇਰ ਕਰ ਲਿਆ ਗਿਆ ਸੀ ਇੰਸਟਾਗ੍ਰam ਨੂੰ ਵੀ ਫੇਸਬੁਕ ਦੁਆਰਾ ਐਕਵਾਇਰ ਕਰ ਲਿਆ ਗਿਆ ਸੀ ਠੀਕ ਹੈ ਇਹ ਯਾਦ ਰੱਖਣਾ ਹੈ ਫੇਸਬੁਕ ਦੇ ਹੈੱਡ ਮਾਰਕ ਜ਼ੁਗਰਬਰਗ ਨੇ ਰੇਲਾਈਂਸ ਦੀ ਗੱਲ ਕਰੀ ਹੈ ਰੇਲਾਈਂਸ ਦੇ ਵਿੱਚ ਸਿਲਵਰ ਲੇਕ ਦੁਆਰਾ ਰੀਸੈਂਟਲੀ ਕੁਝ ਸਟੇਕ ਖਰੀਦਿਆ ਗਿਆ ਹੈ ਔਰ ਰੀਸੈਂਟਲੀ ਇੱਕ ਹੋਰ ਕੰਪਨੀ ਹੈ ਕੇਕੇਆਰ ਕੇਕੇਆਰ ਜੋ ਕਿ ਯੂਐਸਏ ਦੀ ਹੀ ਹੈ ਸਿਲਵਰ ਲੇਕ ਵੀ ਯੂਐਸਏ ਦੀ ਹੈ ਇਹਨਾਂ ਦੋਨੋਂ ਕੰਪਨੀਆਂ ਨੇ ਰਿਲਾਇੰਸ ਦੇ ਵਿੱਚ ਰਿਲਾਇੰਸ ਦੇ ਵਿੱਚ ਸਟੇਕ ਬਾਇ ਕੀਤਾ ਹੈ ਇਹਨਾਂ ਦੁਆਰਾ ਰਿਲਾਇੰਸ ਦੀ ਕੰਪਨੀ ਜੀਓ ਦੇ ਵਿੱਚ ਵੀ ਸਟੇਕ ਬਾਇ ਕੀਤਾ ਗਿਆ ਸੀ ਠੀਕ ਹੈ ਜੀ ਇਹ ਯਾਦ ਰੱਖਣਾ ਹੈ ਰਿਲਾਇੰਸ ਦੇ ਵਿੱਚ ਫੇਸਬੁੱਕ ਔਰ ਗੂਗਲ ਦੁਆਰਾ ਵੀ ਸਟੇਕ ਬਾਇ ਕੀਤਾ ਗਿਆ ਸੀ ਨੈਕਸਟ ਹੈ ਹੂ ਇਜ਼ ਦਾ ਆਥਰ ਆਫ ਦਾ ਬੁੱਕ ਕਿਚਨਸ ਆਫ ਗ੍ਰੈਟੀਟਿਊਡ ਕਿਚਨਸ ਆਫ ਗ੍ਰੈਟੀਟਿਊਡ ਕਿਚਨਸ ਆਫ ਗ੍ਰੈਟੀਟਿਊਡ ਨਾਮ ਦੀ ਇੱਕ ਬੁੱਕ ਹੈ ਇਸ ਬੁੱਕ ਨੂੰ ਕਿੰਨਾ ਦੁਬਾਰਾ ਲਿਖਿਆ ਗਿਆ ਇਸ ਬੁੱਕ ਦੇ ਰਾਈਟਰ ਕੌਣ ਨੇ ਇਸ ਬੁੱਕ ਦੇ ਰਾਈਟਰ ਨੇ ਵਿਕਾਸ ਖੰਨਾ ਵਿਕਾਸ ਖੰਨਾ ਸ਼ੈਫ ਵਿਕਾਸ ਖੰਨਾ ਜੋ ਕਿ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗੇ ਕਿਸ ਕਰਕੇ ਕਿਉਂਕਿ ਇਹਨਾਂ ਨੂੰ 2020 ਏਸ਼ੀਅਨ ਗੇਮ ਚੇਂਜਰ ਅਵਾਰਡ ਦਿੱਤਾ ਗਿਆ ਸੀ ਏਸ਼ੀਅਨ ਗੇਮ ਚੇਂਜਰ ਅਵਾਰਡ ਦਿੱਤਾ ਗਿਆ ਸੀ 2020 ਵਿਕਾਸ ਖੰਨਾ ਨੂੰ ਇਹਨਾਂ ਦੁਆਰਾ ਇੱਕ ਬੁੱਕ ਅਨਾਉਂਸ ਕੀਤੀ ਗਈ ਹੈ ਕਿਚਨਸ ਆਫ ਗ੍ਰੈਟੀਟਿਊਡ ਜੋ ਕਿ ਅਗਲੇ ਸਾਲ ਰਿਲੀਜ਼ ਕੀਤੀ ਜਾਏਗੀ ਠੀਕ ਹੈ ਇਸ ਤੋਂ ਇਲਾਵਾ ਇਹਨਾਂ ਦੀ ਇਸ ਸਾਲ ਇੱਕ ਹੋਰ ਬੁੱਕ ਆਈ ਸੀ ਉਸ ਬੁੱਕ ਦਾ ਨਾਮ ਸੀ ਫੀਡ ਇੰਡੀਆ ਫੀਡ ਇੰਡੀਆ ਮਾਰਚ ਦੇ ਵਿੱਚ ਆਈ ଥିਦੀ ਇੱਕ ਬੁੱਕ ਆਈ ਸੀ ਇਹਨਾਂ ਦੀ ਫੀਡ ਇੰਡੀਆ ਕਿਚਨਸ ਆਫ ਗ੍ਰੈਟੀਟਿਊਡ ਇਹਨਾਂ ਦੀ ਦੂਸਰੀ ਬੁੱਕ ਹੈ ਇਸ ਸਾਲ ਦੀ ਯਾਦ ਰੱਖਣੀ ਹੈ ਇਸ ਤੋਂ ਇਲਾਵਾ ਅਗਰ ਗੱਲ ਕਰੀ ਇੱਕ ਬੁੱਕ ਹੋਰ ਰਿਲੀਜ਼ ਕੀਤੀ ਗਈ ਜੱਗੀ ਵਾਸੂਦੇਵ ਦੁਆਰਾ ਜੱਗੀ ਵਾਸੂਦੇਵ ਜੱਗੀ ਵਾਸੂਦੇਵ ਦੀ ਇੱਕ ਬੁੱਕ ਆਪਾਂ ਪਹਿਲਾਂ ਡਿਸਕਸ ਕੀਤੀ ਸੀ ਡੈਥ डैथ एंड इनसाइड स्टोरी डैथ द इनसाइड स्टोरी बुक अपना पहले डिस्कस की एक दूसरी बुक इना द्वारा ही रिज़ की गई है उस बुक का नाम है करमा 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 अयोगीज़ गाइड टू क्रिएटिंग योर आउन डे डेस्टिनी करमा अयोगज़ गाइड टू क्रिएटिंग योर आउन डैसटिनी दूसरी बुक जगी वासुदेव द्वारा यह रिज़ की गई लिखी गई है अमीश त्रिपाठी ਅਮਿਸ਼ ਤ੍ਰਿਪਾਠੀ ਦੀ ਗੱਲ ਕਰੀਏ ਇਹਨਾਂ ਦੁਆਰਾ ਜਿਹੜੀ ਬੁੱਕ ਲਿਖੀ ਗਈ ਸੀ ਉਸ ਬੁੱਕ ਦਾ ਨਾਮ ਸੀ ਲੈਜੈਂਡਸ ਆਫ ਸੁਹੇਲ ਦੇਵ ਲੈਜੈਂਡਸ ਆਫ ਸੁਹੇਲ ਦੇਵ ਅਸ਼ਵਨੀ ਕੁਮਾਰ ਅਸ਼ਵਨੀ ਕੁਮਾਰ ਇਹ ਬੇਸਿਕਲੀ ਕੱਲ ਵੀ ਆਪਾਂ ਡਿਸਕਸ ਕੀਤੀ ਸੀ ਬੁੱਕ ਅਸ਼ਵਨੀ ਕੁਮਾਰ ਦੀ ਬੁੱਕ ਸੀ ਮਾਈਗ੍ਰੇਸ਼ਨ ਐਂਡ ਮੋਬਿਲਿਟੀ ਮਾਈਗ੍ਰੇਸ਼ਨ ਐਂਡ ਮੋਬਿਲਿਟੀ ਮੁਹੰਮਦ ਅਬਦੁਲ ਮੈਨਨ ਬਿਹਾਈਂਡ ਦਾ ਮਾਸਕ ਬਿਹਾਈਂਡ ਦਾ ਮਾਸਕ ਮੁਹੰਮਦ ਅਬਦੁਲ ਮੈਨਨ ਦੁਬਾਰਾ ਰਿਪੀਟ ਕਰ ਦੇਣਾ ਅਮਿਸ਼ ਤ੍ਰਿਪਾਠੀ ਲੈਜੈਂਡਸ ਆਫ ਸੁਹੇਲ ਦੇਵ अश्वनी कुमार माइग्रेशन एंड मोबिलिटी मोहम्मद अब्दुल मैनन बिहाइंड द मास्क विकास खन्ना कीचनज ऑफ ग्रैटीट्यूड और दूसरी फीड इंडिया जग्गी वैसुदेव डेथ द इनसाइड स्टोरी और दूसरी कर्मा। नेक्स्ट है एशले बाटी काफ़ी इंटरेस्टिंग न्यूज़ है एशले बाटी जो कि फॉरमर प्रोफेशनल क्रिकेट प्लेयर ने इस अलावा तो टेनिस प्लेयर ने टेनिस दे काफ़ी टॉप रैंकिंग नाम आता है इन्होंने ब्रुक वाटर गोल्फ क्लब वूमेनस चैंपियनशिप जीत रही है ठीक है जो तो मैं ये न्यूज़ पढ़ी से मैं भी सोचा सभी चक्कर है कि एक, एक एशले बाटी जो कि क्रिकेट प्लेयर रह चुके ने, इस टाइम टेनिस प्लेयर ने और जितया की है गोल्फ़ चैंपियनशिप यानी कि एशले बाटी तीन स्पोर्ट्स तो बिलोंग करते हैं किट्री तो बिलोंग करते हैं बिलोंग करते हैं ऑस्ट्रेलिया तो ठीक है ਯਾਦ ਰੱਖਣਾ ਐਸ਼ਲੇ ਬਾਟੀ ਜੋ ਕਿ ਫਾਰਮਰ ਕ੍ਰਿਕਟਰ ਪ੍ਰੋਫੈਸ਼ਨਲ ਕ੍ਰਿਕਟ ਪਲੇਅਰ ਰਹਿ ਚੁੱਕੇ ਨੇ ਔਰ ਇਸ ਟਾਈਮ ਟੈਨਿਸ ਪਲੇਅਰ ਨੇ ਪਲੱਸ ਗੋਲਫ ਚੈਂਪੀਅਨਸ਼ਿਪ ਇਹਨਾਂ ਦੁਬਾਰਾ ਜਿੱਤੀ ਗਈ ਹੈ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਨੇ ਆਸਟ੍ਰੇਲੀਆ ਤੋਂ ਬਿਲੋਂਗ ਕਰਦੇ ਨੇ ਆਸਟ੍ਰੇਲੀਆ ਦੇ ਬਾਰੇ ਹੋਰ ਕੀ ਯਾਦ ਰੱਖਣਾ ਹੈ ਲੌਜਿਸਟਿਕ ਸਪੋਰਟ ਐਗਰੀਮੈਂਟ ਇੰਡੀਆ ਨੇ ਆਸਟ੍ਰੇਲੀਆ ਦੇ ਨਾਲ ਸਾਈਨ ਕੀਤਾ ਸੀ ਇਸ ਤੋਂ ਇਲਾਵਾ ਆ ਪੋਸ ਇੰਡੈਕਸ ਪੋਸ ਇੰਡੈਕਸ ਐਕਸਰਸਾਈਜ਼ ਇੰਡੀਆ ਦੀ ਆਸਟ੍ਰੇਲੀਆ ਦੇ ਨਾਲ ਹੈਲਡ ਕੀਤੀ ਜਾਂਦੀ ਹੈ ਮਾਲਾਵਾਰਿਕ ਐਕਸਰਸਾਈਜ਼ ਹੈ ਜਿਸ ਦੇ ਵਿੱਚ ਆਸਟ੍ਰੇਲੀਆ ਨੂੰ ਸ਼ਾਮਿਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਬਾਕੀ ਕੰਟਰੀਜ਼ ਦੇ ਰਿਲੇਟਡ ਕੁਝ ਨਿਊਜ਼ ਨੇ ਹੋਰ ਡਿਸਕਸ ਕਰ ਲੈਣੇ ਆ ਸਭ ਤੋਂ ਪਹਿਲੇ ਆਸਟ੍ਰੇਲੀਆ ਇੰਡੀਅਨ ਨੇਵੀ ਕੰਡਕਟ ਪੈਸੇਜ ਐਕਸਰਸਾਈਜ਼ ਇੰਡੀਆ ਨੇ ਪੈਸੇਜ ਐਕਸਰਸਾਈਜ਼ ਹੈਲਡ ਕੀਤੀ ਹੈ ਆਸਟ੍ਰੇਲੀਆ ਦੇ ਨਾਲ ਇਨ ਈਸਟ ਇੰਡੀਆ ਓਸ਼ੀਅਨ ਰੀਜਨ ਅਗਰ ਆਪਾਂ ਗੱਲ ਕਰੀਏ ਪੈਸੇਜ ਐਕਸਰਸਾਈਜ਼ ਦੀ ਪੈਸੇਜ ਐਕਸਰਸਾਈਜ਼ ਹੈ ਜਿਹੜੀ ਜਾਂ ਪਾਸ ਐਕਸ ਜਿਸ ਨੂੰ ਆਪਾਂ ਪਾਸ ਐਕਸ ਵੀ ਕਹਿੰਦੇ ਆ ਸ਼ਾਰਟ ਫਾਰਮ ਦੇ ਵਿੱਚ ਪਾਸ ਐਕਸਰਸਾਈਜ਼ ਪਾਸੇਜ ਐਕਸਰਸਾਈਜ਼ ਇੰਡੀਆ ਨੇ ਰੀਸੈਂਟਲੀ ਜਾਪਾਨ ਦੇ ਨਾਲ ਫਰਾਂਸ ਦੇ ਨਾਲ ਔਰ ਯੂਐਸਏ ਦੇ ਨਾਲ ਵੀ ਕੰਡਕਟ ਕੀਤੀ ਸੀ ਹੁਣ ਇਹ ਆਸਟ੍ਰੇਲੀਆ ਦੇ ਨਾਲ ਕੰਡਕਟ ਕੀਤੀ ਗਈ ਹੈ ਅਗਰ ਗੱਲ ਕਰੀਏ ਇੰਡੀਆ ਵੱਲੋਂ ਆਈਐਨਐਸ ਸ਼ਾਹਉਦਰੀ ਔਰ ਕਾਰਮੁਖ ਇਹਨਾਂ ਦੋਨਾਂ ਨੇ ਪਾਰਟਿਸਿਪੇਟ ਕੀਤਾ ਹੈ ਇੰਡੀਆ ਵੱਲੋਂ ਆਈਐਨਐਸ ਸ਼ਾਹਉਦਰੀ ਔਰ ਕਾਰਮੁਖ ਦੁਆਰਾ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ ਯਾਦ ਰੱਖਣਾ ਠੀਕ ਹੈ ਜੀ नेक्स्ट है इज़राइल इंडिया और इज़राइल ने एग्रीमेंट साइन किया है टू कोलैबोरेट इन टैक इनोवेषन टैक और केजराइल ने एग्रीमेंट साइन किया कोरपोरेशन के लिए ठीक है अगर आप गल करिए इंडिया ने इज़राइल के नाल ही कल्चर रिलेट भी एग्रीमेंट साइन किया रीसेंटली और सइबर सिक्योरिटी रिलेटड भी यह दोनों एग्रीमेंट भी इंडिया ने इज़राइल के नाम किए थ ਅਗਰ ਆਪਾਂ ਗੱਲ ਕਰੀਏ ਬਾਕੀ ਕੰਟਰੀਜ਼ ਦੀ ਫੋਰ ਐਗਜ਼ਾਮਪਲ ਇੰਡੋਨੇਸ਼ੀਆ ਦੇ ਨਾਲ ਇੰਡੀਆ ਨੇ ਮੈਰੀਟਾਈਮ ਕਾਰਪੋਰੇਸ਼ਨ ਦੇ ਲਈ ਐਗਰੀਮੈਂਟ ਸਾਈਨ ਕੀਤਾ। ਭੂਟਾਨ ਦੇ ਨਾਲ ਇੰਡੀਆ ਨੇ এনवायरमेंट ਦੇ ਨਾਲ ਐਗਰੀਮੈਂਟ ਸਾਈਨ ਕੀਤਾ। ਡੈਨਮਾਰਕ ਦੇ ਨਾਲ ਇੰਡੀਆ ਨੇ ਪਾਵਰ ਦੇ ਰਿਲੇਟਡ ਐਗਰੀਮੈਂਟ ਸਾਈਨ ਕੀਤਾ। ਫਿਨਲੈਂਡ ਦੇ ਨਾਲ ਕੰਟਰੀ ਇੰਡੀਆ ਨੇ ਜੀਓਲੋਜੀ ਦੇ ਨਾਲ ਰਿਲੇਟਡ ਕੁਝ ਐਗਰੀਮੈਂਟ ਸਾਈਨ ਕੀਤਾ ਸੀ। ਅਫਗਾਨਿਸਤਾਨ ਦੇ ਨਾਲ ਐਜੂਕੇਸ਼ਨ ਇਨਫਰਾਸਟ੍ਰਕਚਰ ਦੇ ਲਈ ਐਗਰੀਮੈਂਟ ਸਾਈਨ ਕੀਤਾ ਗਿਆ ਸੀ। ਠੀਕ ਹੈ ਜੀ ਇਹ ਐਗਰੀਮੈਂਟ ਇੰਪੋਰਟੈਂਟ ਬਣਦੇ ਨੇ। ਯਾਦ ਰੱਖ ਲੈਣੀ ਜਾਪਾਨ ਦੇ ਨਾਲ ਇੰਡੀਆ ਨੇ ਰੀਸੈਂਟਲੀ ਲੌਜਿਸਟਿਕ ਸਪੋਰਟ ਐਗਰੀਮੈਂਟ ਸਾਈਨ ਕੀਤਾ ਪਲੱਸ ਟੈਕਸਟਾਈਲ ਦੇ ਰਿਲੇਟਰ ਵੀ ਜਾਪਾਨ ਦੇ ਨਾਲ ਹੀ ਐਗਰੀਮੈਂਟ ਸਾਈਨ ਕੀਤਾ ਗਿਆ ਸੀ ਨਾਈਜੀਰੀਆ ਦੇ ਨਾਲ ਵੀ ਇੰਡੀਆ ਨੇ ਐਗਰੀਮੈਂਟ ਸਾਈਨ ਕੀਤਾ ਸੀ ਨੈਕਸਟ ਹੂ ਹੈਜ਼ ਚੇਅਰਡ ਆਰੋਗਿਆ ਮੰਥਨ 2.0 ਆਰੋਗਿਆ ਮੰਥਨ 2.0 ਨੂੰ ਕਿੰਨਾ ਦੁਬਾਰਾ ਚੇਅਰਡ ਕੀਤਾ ਗਿਆ ਚੇਅਰਮੈਨ ਕੌਣ ਸੀਗੇ जिड़ी कि ओरगेनाइज़ की गई सैकेंड एनीवर्सरी ऑफ आयुष्मान भारत स्कीम हम आप डिस्कस करके हटे कल भी डिस्कस किया कि आयुष्मान भारत स्कीम है जीडी टू थाउजेंड एटीन के लॉन्च की गई सी ट्वेंटी थर्ड सपटर तो इसकी सै इस्दी कह सकते हैं सैकेंड एनिवर्सरी ओबजरव की गई जिस आरोग्य मंथन टू पॉइंट जीरो ऑरगेनाइज किया गया हूँ यह चेयर किसने किया चेयर किया ओबियसली हैल्थ मिनिस्टर डॉक्टर हर्षवर्धन ने हेल्थ मिनिस्टर ने प्लस साइंस एंड टेक्नोलॉजी मिनिस्टर ने प्लस अर्थ साइंस मिनिस्टर ने लोकसभा एमपी ने चांदनी चौंक दिल्ली तो डॉक्टर हर्षवर्धन तो अलावा अगर आप गल करते हैं रमेश पोखरियाल निशांक एजुकेशन मिनिस्टर ने और एजुकेशन मिनिस्टर हरिद्वार उत्तराखंड तो एम एमपी ने श्रीपद यसओ नायक श्रीपद यसो नायक आयुष मिनिस्टर ने और यह ने अरुणाचल सॉरी नॉर्थ गोवा तो नॉर्थ गोवा तो लोकसभा एम पी ने अरुणाचल वेस्ट तो लोकसभा एमपी एम पी किरण रिजिजू ने जो कि स्पोर्ट्स मिनिस्टर ने नरेंद्र मोदी प्राइम मिनिस्टर वाराणसी उत्तर प्रदेश तो लोकसभा एमपी एम पी ने और सुब्रमण्यम जयशंकर राज्यसभा एम पी ने गुजरात तो और यह इंडिया के एक्सटरनल अफेयरस मिनिस्टर ने यह कह सकते हैं फॉरन मिनिस्टर ने है In which state India's first biomedical park is to be established India da pehla biomedical park biomedical park kedi state de vich banaya ja raha hai kedi state de vich banaya ja raha hai basically isnu banaya ja raha hai Kerala de vich Kerala de Trivandrum puram de vich Trivandrum puram Trivandrum puram Kerala de ਵਿਚ ਪਹਿਲਾ ਬਾਇਓਮੈਡੀਕਲ ਪਾਰਕ ਬਣਾਇਆ ਜਾਏਗਾ ਬੇਸਿਕਲੀ ਕੀ ਹੋਏਗਾ ਕਿ ਜਿੰਨੇ ਵੀ ਇੰਪੋਰਟੈਂਟ ਮੈਡੀਕਲ ਇਨਸਟਰੂਮੈਂਟਸ ਨੇ ਉਹਨਾਂ ਨੂੰ 21 ਜਗ੍ਹਾ ਤੇ ਪਾਏ ਜਾਣਗੇ ਬਾਇਓਮੈਡੀਕਲ ਪਾਰਕ ਕਿੱਥੇ ਬਣਾਇਆ ਜਾਏਗਾ ਕੇਰਲਾ ਦੇ ਤ੍ਰਿਵੇਂਦਰਮਪੁਰਮ ਦੇ ਵਿੱਚ ਇੰਡੀਆ ਦਾ ਪਹਿਲਾ ਹੈ ਇਸ ਕਰਕੇ ਇੰਪੋਰਟੈਂਟ ਬਣੇਗਾ ਠੀਕ ਹੈ ਜੀ ਬਾਕੀ ਸਟੇਟ ਦੇ ਰਿਲੇਟਡ ਕੁਝ ਨਿਊਜ਼ ਨੇ ਉਹ ਡਿਸਕਸ ਕਰਦੇ ਹਾਂ ਸਭ ਤੋਂ ਪਹਿਲੇ ਵੈਸਟ ਬੰਗਾਲ ਇੰਡੀਆਜ਼ ਫਰਸਟ ਟ੍ਰੇਮ ਲਾਇਬ੍ਰੇਰੀ ਲਾਂਚ ਇਨ ਕੋਲਕਾਤਾ ਵੈਸਟ ਬੰਗਾਲ ਟ੍ਰੈਮ ਲਾਇਬ੍ਰੇਰੀ ਬੇਸਿਕਲੀ ਕਹਿ ਸਕਦੇ ਆ ਕਿ ਬੱਸ ਜਿਵੇਂ ਵੰਗੂ ਹੁੰਦੀ ਹੈ ਉਸ ਬੱਸ ਦੇ ਵਿੱਚ ਬੁੱਕਸ ਵਗੈਰਾ ਹੋਣਗੀਆਂ ਈ-ਬੁੱਕਸ ਵੀ ਹੋਣਗੀਆਂ ਔਰ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ ਜ਼ਿਆਦਾਤਰ ਕੰਪੀਟੀਸ਼ਨ ਬੇਸਡ ਬੁੱਕਸ ਹੋਣਗੀਆਂ ਜਿਹੜੀਆਂ ਪ੍ਰੋਵਾਈਡ ਹੁੰਦੀਆਂ ਨੇ ਲਾਂਚ ਇਨ ਕੋਲਕਾਤਾ ਵੈਸਟ ਬੰਗਾਲ ਇੰਡੀਆ ਦੀ ਪਹਿਲੀ ਹੈ ਇਸ ਕਰਕੇ ਇੰਪੋਰਟੈਂਟ ਬਣੇਗੀ ਨੈਕਸਟ ਹੈ ਪ੍ਰਿਥਵੀ 2 ਮਿਸਾਈਲ ਪ੍ਰਿਥਵੀ 2 ਮਿਸਾਈਲ ਦਾ ਟੈਸਟ ਕੀਤਾ ਗਿਆ ਪ੍ਰਿਥਵੀ 2 ਮਿਸਾਈਲ ਦਾ ਨਾਈਟ ਟੈਸਟ ਫਾਇਰ ਕੀਤਾ ਗਿਆ इंडिया कंडक्ट सक्सेसफुल नाइट टेस्ट फायर ऑफ पृथ्वी टू मिसाइल कितों की गई है इंटीग्रेटेड टेस्ट रेंज चंदीपुर ओडिशा तो दूसरा पृथ्वी टू मिसाइल सरफेस टू सरफेस मिसाइल है तीसरा स्ट्राइक रेंज किए थ्री फिफ्टी किलोमीटर तीन चीजा याद रखनिया ने पृथ्वी टू मिसाइल कितों कंडक्ट नाइट टेस्ट रेंज की गई आई टी आर ओडिशा चंदीपुर ओडिशा तो दूसरी सरफेस टू सरफेस मिसाइल है और तीसरी चीज स्ट्राइक रेंज साढ़े तीन सौ किलोमीटर है सिमिलरली इंडिया द्वारा इंडिजीनियस डेवलप्ड लेजर गाइडेड एंटी टैंक गाइडेड मिसाइल लेजर गाइडेड एंटी टैंक गाइडेड मिसाइल इसनों भी सक्सैसफुल टैसट फायर किया गया है इसनों कि कितने किया गया अर्जुन टैंक द्वारा टैसट के टैंक द्वारा किया गया अर्जुन टैंक द्वारा क्वेश्चन पूछा जा सकता है अर्जुन की है एक मिसाइल है की है अर्जुन एक टैंक है ठीक है ਟੈਸਟ ਕੀਤਾ ਗਿਆ ਜਿਸ ਦੀ ਰੇਂਜ ਸੀਗੀ 4 ਕਿਲੋਮੀਟਰ ਡੀਆਈਡੀਓ ਦੁਬਾਰਾ ਟੈਸਟ ਕੀਤਾ ਗਿਆ ਅਹਿਮਦਨਗਰ ਮਹਾਰਾਸ਼ਟਰ ਦੇ ਵਿੱਚ ਟੈਸਟ ਕਿੱਥੇ ਕੀਤਾ ਗਿਆ ਅਹਿਮਦਨਗਰ ਮਹਾਰਾਸ਼ਟਰ ਦੇ ਵਿੱਚ ਸਿਮਿਲਰਲੀ ਆਪਾਂ ਡਿਸਕਸ ਕੀਤਾ ਸੀ ਉਹਨ ਕੋਇਕ ਰਿਵੀਜ਼ਨ ਦੇ ਵਿੱਚ ਵੀ ਅਭਿਆਸ ਅਭਿਆਸ ਦਾ ਵੀ ਟੈਸਟ ਫਾਇਟ ਕਿੱਥੋਂ ਕੀਤਾ ਗਿਆ ਸੀ ਚੰਦੀਪੁਰ 오ਡੀਸਾ ਨੈਕਸਟ ਹੈ ਕੇਰਲਾ ਗਵਰਨਮੈਂਟ ਹੈਜ਼ ਲਾਂਚ ਈ ਚਲਾਨ ਸਿਸਟਮ ਕੇਰਲਾ ਗਵਰਨਮੈਂਟ ਹੈਜ਼ ਲਾਂਚ ਈ ਚਲਾਨ ਸਿਸਟਮ ਟੂ ਮੋਡਰਨਾਈਜ਼ ਦਾ ਟ੍ਰੈਫਿਕ ਡਿਪਾਰਟਮੈਂਟ ਆਫ ਸਟੇਟ ई चलान सिस्टम केड़ी गवर्नमेंट द्वारा रिसेंटली शुरू किया गया है केरला द्वारा नैक्सट विच स्टेट चीफ मिनिस्टर इनोग्रेट द सिटी फॉरेस्ट आनंद वन डेवलप्ड बाय फॉरेस्ट डिपार्टमेंट ऑफ स्टेट बेसिकली सिटी अब कुछ टाइम पहले ही आप डिस्कस भी की न्यूज आई थिंक दो महीने पहले डिस्कस की ਕਿ ਆਨੰਦ ਵਨ ਬਣਾਇਆ ਜਾਏਗਾ ਉਸ ਸਟੇਟ ਦੁਆਰਾ ਠੀਕ ਹੈ ਹੁਣ ਇਹਨਾਂ ਨੇ ਬਣਾ ਲਿਆ ਤੇ ਇਨੋਗਰੇਟ ਕੀਤਾ ਗਿਆ ਇਨੋਗਰੇਟ ਚੀਫ ਮਿਨਿਸਟਰ ਦੁਆਰਾ ਕੀਤਾ ਗਿਆ ਉੱਤਰਾਖੰਡ ਦੇ ਚੀਫ ਮਿਨਿਸਟਰ ਤ੍ਰਵੇਂਦਰ ਸਿੰਘ ਰਾਵਤ ਦੁਆਰਾ ਉੱਤਰਾਖੰਡ ਦੇ ਚੀਫ ਮਿਨਿਸਟਰ ਕੌਣ ਨੇ ਤ੍ਰਵੇਂਦਰ ਸਿੰਘ ਰਾਵਤ ਨੇ ਔਰ ਇਹਨਾਂ ਦੁਆਰਾ ਇਸ ਦੀ ਇਨੋਗਰੇਸ਼ਨ ਕੀਤੀ ਗਈ ਹੈ ਗਵਰਨਰ ਦੀ ਗੱਲ ਕਰੀਏ ਬੇਬੀ ਰਾਣੀ ਮੋਰਿਆ ਬੇਬੀ ਰਾਣੀ ਮੋਰਿਆ ਇੱਥੇ ਦੇ ਗਵਰਨਰ ਨੇ ਇਸ ਤੋਂ ਇਲਾਵਾ ਅਗਰ ਗੱਲ ਕਰਦੇ ਹਾਂ ਉੱਤਰਾਖੰਡ ਦੇ ਬਾਰੇ ਆਪਾਂ ਕੱਲ ਕਾਫੀ ਨਿਊਜ਼ ਡਿਸਕਸ ਕੀਤੀਆਂ ਸੀ ਝਾਰਖੰਡ ਬਾਰੇ ਡਿਸਕਸ ਕਰ ਲੈਣੇ ਆ ਝਾਰਖੰਡ ਝਾਰਖੰਡ ਦੀ ਗੱਲ ਕਰੀਏ ਬਿਰਸਾ ਹਰਿਤ ਗ੍ਰਾਮ ਯੋਜਨਾ ਨਿਲਾਂਬਰ ਪਿਤਾਂਬਰ ਜਲ ਸਮ੍ਰਿਧੀ ਯੋਜਨਾ ਵੀਰ ਸਾਹਿਦ ਪੋਟੋ ਹੋ ਖੇਲ ਵਿਕਾਸ ਸਕੀਮ ਸ਼੍ਰਮਿਕ ਯੋਜਨਾ ਇਹ ਸਕੀਮਸ ਲਾਂਚ ਕੀਤੀਆਂ ਗਈਆਂ ਸੀ ਰੀਸੈਂਟਲੀ ਝਾਰਖੰਡ ਗਵਰਨਮੈਂਟ ਦੁਆਰਾ ਬਿਹਾਰ ਬਿਹਾਰ ਦੀ ਗੱਲ ਕਰਦੇ ਆ ਫਾਗੂ ਚੋਹਾਨ ਫਾਗੂ ਚੋਹਾਨ ਅੱਛਾ ਬਿਹਾਰ ਦੇ ਬਾਰੇ ਅੱਜ ਹੀ ਆਪਾਂ ਡਿਸਕਸ ਕੀਤਾ ਹੈ ਫਾਗੂ ਚੋਹਾਨ ਇੱਥੇ ਦੇ ਗਵਰਨਰ ਨੇ ਇਸ ਤੋਂ ਇਲਾਵਾ ਨਿਤਿਸ਼ ਕੁਮਾਰ ਇੱਥੇ ਦੇ ਚੀਫ ਮਿਨਿਸਟਰ ਨੇ ਬਿਹਾਰ ਤੋਂ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਜ਼ਰਦਾਲੂ ਮੰਗੋ ਔਰ ਸ਼ਾਹੀ ਲੀਚੀ ਦੇ ਲਈ ਐਗਰੀਮੈਂਟ ਸਾਈਨ ਕੀਤਾ ਗਿਆ ਸੀ ਗਵਰਨਮੈਂਟ ਆਫ ਇੰਡੀਆ ਦਾ ਬਿਹਾਰ ਦੇ ਨਾਲ ਯੂਪੀ ਯੂਪੀ ਦੁਆਰਾ ਹਰਬਲ ਰੋਡਸ ਐਸਟੈਬਲਿਸ਼ ਕੀਤੀਆਂ ਗਈਆਂ ਪ੍ਰਵਾਸੀ ਰਾਹਤ ਮਿੱਤਰ ਐਪਲੀਕੇਸ਼ਨ ਲਾਂਚ ਕੀਤੀ ਗਈ ਕਾਊ ਸਲੋਟਰ ਐਕਟ ਨੂੰ ਅਮੈਂਡ ਕੀਤਾ ਗਿਆ ਸੀ ਯੂਪੀ ਦੁਆਰਾ ਹੋਰ ਵੀ ਕਾਫੀ ਸਕੀਮਸ ਨੇ ਜੋ ਯੂਪੀ ਦੁਆਰਾ ਲਾਂਚ ਕੀਤੀਆਂ ਗਈਆਂ ਸੀ ਅ ਫੋਰ ਐਗਜ਼ਾਮਪਲ ਚਲੋ ਤੁਸੀਂ ਦਸੋਗੇ ਕਮੈਂਟ ਬਾਕਸ ਦੇ ਵਿੱਚ ਕਿ ਇਸ ਤੋਂ ਇਲਾਵਾ ਹੋਰ ਕਿਹੜੀ ਸਕੀਮਸ ਨੇ ਜੋ ਯੂਪੀ ਗਵਰਨਮੈਂਟ ਦੁਆਰਾ ਲਾਂਚ ਕੀਤੀਆਂ ਗਈਆਂ ਸੀ ਰਾਜਸਥਾਨ ਰਾਜਸਥਾਨ ਨੇ ਜੈਪੂਰ ਨੂੰ ਜੈਪੂਰ ਨੂੰ ਯੂਨੈਸਕੋ ਵਰਲਡ ਹੈਰੀਟ ਸਾਈਟ ਦਾ ਸਰਟੀਫਿਕੇਟ ਦਿੱਤਾ ਗਿਆ ਇਸ ਤੋਂ ਇਲਾਵਾ ਜੈਪੂਰ ਨੂੰ ਨੋ ਕੰਸਟਰਕਸ਼ਨ ਜ਼ੋਨ ਡਿਕਲੇਅਰ ਕੀਤਾ ਗਿਆ ਅੱਛਾ ਜੈਪੂਰ ਦੇ ਵਿੱਚ ਇੱਕ ਗੇਟ ਆਰਗੇਨਾਈਜ਼ ਇੱਕ ਗੇਟ ਇਨੋਗ੍ਰੇਟ ਕੀਤਾ ਗਿਆ ਸੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਜੈਪ ਰਾਜਸਥਾਨ ਦੇ ਜੈਪੁਰ ਦੇ ਵਿੱਚ ਹੀ ਗੇਟ ਇਨੌਗੂਰੇਟ ਕੀਤਾ ਗਿਆ ਸੀ ਕਮੈਂਟ ਬਾਕਸ ਦੇ ਵਿੱਚ ਦੱਸਣਾ ਉਸ ਦਾ ਨਾਮ ਕੀ ਸੀ 인ਦਰਾ ਰਸੋਈ ਯੋਜਨਾ ਰਾਜਸਥਾਨ ਦੇ ਵਿੱਚ ਲਾਂਚ ਕੀਤੀ ਗਈ ਸੀ ਮੋਕਸ਼ ਕਲਸ਼ ਯੋਜਨਾ ਮੋਕਸ਼ ਕਲਸ਼ ਯੋਜਨਾ ਵੀ ਰਾਜਸਥਾਨ ਦੇ ਵਿੱਚ ਹੀ ਲਾਂਚ ਕੀਤੀ ਗਈ ਸੀ ਅੱਜ ਦੇ ਲਈ ਬਸ ਇਨਾ ਹੀ ਆਈ ਹੋਪ ਸਨ ਸੈਸ਼ਨ ਪਸੰਦ ਆਇਆ ਹੋਵੇਗਾ ਸੈਸ਼ਨ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਦੇ ਰਹੋ ਆਪਣੇ ਫਰੈਂਡਸ ਦੇ ਨਾਲ ਥੈਂਕ ਯੂ ਫॉर ਵਾਚਿੰਗ ਦਾ ਸੈਸ਼ਨ ਗੁੱਡਬਾਈ